ਜੇ ਸਦਾ ਸੌਰਾ ਰਿਟਾਇਰ ਹੋ ਗਿਆ ਹਾਂਜੀ ਤੇ ਉਸ ਬੰਦੇ ਨੇ ਆਪਣੀ ਵਾਈਫ ਪੇਕੇ ਭੇਜ ਦਿੱਤੀ ਵੀ ਉਹਨਾਂ ਨੂੰ ਪੈਸੇ ਮਿਲਣਗੇ ਤੇ ਉਹਨਾਂ ਵਿੱਚੋਂ ਪੈਸੇ ਕੁਝ ਤੋਂ ਵੀ ਲਿਆ ਉਹ ਵਧਾਈ ਹੋਈ ਜਿਹੜੀ ਆਮਦਨ ਹੈ ਵਧੀ ਹੋਈ ਜਿਹੜੀ ਆਮਦਨ ਹੈ ਉਸ ਦੇ ਵਿੱਚੋਂ ਬਚਤ ਹੋਵੇਗੀ ਹੂੰ ਸੋ ਇੱਕ ਤਾਂ ਪੈਸੇ ਦੇ ਸੁਭਾਅ ਨੂੰ ਸਮਝਣ ਦੀ ਲੋੜ ਹੈਗੀ ਆ ਜਿਹੜਾ ਪੈਸਾ ਤੁਹਾਡੇ ਕੋਲ ਆਇਆ ਨਾ ਉਹ ਘੁੰਮ ਕੇ ਆਇਆ ਹੈ ਹੂੰ ਤੇ ਥੋੜੀ ਦੇਰ ਬਾਅਦ ਉਹ ਪੈਸੇ ਨੇ ਘੁੰਮਣ ਨਿਕਲ ਜਾਣਾ ਹੈ ਜਿਹੜੇ ਵੱਡੇ ਫੈਸਲੇ ਹਨ ਨਾ ਜ਼ਿੰਦਗੀ ਦੇ ਉਹੋ ਤਾਂ ਕਹਾ ਨਾਲ ਨਹੀਂ ਹੁੰਦੇ ਹੁੰਦੇ ਹਾਂਜੀ ਉਹ ਬਚਤ ਕਿਤੇ ਪੈਸਿਆਂ ਨਾਲ ਹੁੰਦੇ ਹੁੰਦੇ ਆ ਹਮ ਬਦਕਿਸਮਤੀ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੈਸੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ ਹਮ ਪੈਸਾ ਕਮਾਉਣਾ ਕਿਵੇਂ ਹੈ ਉਹ ਰਾਸ਼ਟਰਪਤੀ ਦੇ ਬੱਚੇ ਦਿਨ ਵਾਈਟ ਹਾਊਸ ਦੇ ਵਿੱਚ ਨਹੀਂ ਰਹਿੰਦੇ ਹੈਗੇ ਉਹ ਆਪਣੇ ਪਿਤਾ ਕੋਲ ਨਹੀਂ ਰਹਿਣਗੇ ਉਹ ਆਪ ਕੰਮ ਕਰਨਗੇ ਤੇ ਵੱਖਰੇ ਰਹਿਣਗੇ ਅਮਰੀਕਾ ਦੇ ਵਿੱਚ ਵਿਆਹ ਹੋਏ ਬੱਚੇ ਕਦੇ ਵੀ ਮਾਪਿਆਂ ਦੇ ਕੋਲ ਨਹੀਂ ਰਹਿੰਦੇ ਇਹ ਉਹਨਾਂ ਨੂੰ ਜਿਸ ਨੂੰ ਕਹਿੰਦੇ ਹਨਾ ਇੱਕ ਬੜਾ ਵੱਡਾ ਨੁਕਸ ਸਮਝ ਆ ਜਾਂਦਾ ਵੀ ਇਸ ਬੰਦੇ ਵਿੱਚ ਹਿੰਮਤ ਹੀ ਨਹੀਂ ਹੈ ਹਾਂਜੀ ਇਹ ਇਸ ਇਸ ਮਹੀਨੇ ਮੈਂ ਵਾਧੂ ਪੈਸਿਆਂ ਦੇ ਨਾਲ ਵੋਟ ਖਰੀਦਾਂਗਾ ਸੋ ਮੈਂ ਆਪਣੇ ਫੈਸਲੇ ਆਪ ਕੀਤੇ ਤੇ ਆਪਣੀ ਸਮਰੱਥਾ ਦੇ ਨਾਲ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਪੈਸਾ ਤੁਹਾਨੂੰ ਆਜ਼ਾਦ ਕਰਦਾ ਪੈਸਾ ਤੁਹਾਡੀ ਸ਼ਕਤੀ ਵਧਾਉਂਦਾ ਤੇ ਤੀਜਾ ਹੁੰਦਾ ਖਰਚਣ ਦਾ ਆਨੰਦ 10% ਇੱਕ ਸੈਲਰੀ ਦਾ ਜੇਕਰ ਦੋ ਸੈਲਰੀਜ਼ ਘਰ ਦੇ ਵਿੱਚ ਆਉਂਦੀਆਂ ਹਨ ਤਾਂ ਇੱਕ ਸੈਲਰੀ ਦਾ 50% ਬੜੇ ਆਰਾਮ ਨਾਲ ਬਚਾਇਆ ਜਾ ਸਕਦਾ ਹੈ ਬਚਾਉਣਾ ਚਾਹੀਦਾ 7 ਸਾਲ ਲਗਾਤਾਰ ਬਚਾਓ ਅਤੇ ਉਸ ਦੇ ਵਿੱਚੋਂ ਕੋਈ ਖਰਚ ਨਾ ਕਰੋ ਮੈਂ ਗਾਰੰਟੀ ਦਿੰਦਾ ਕਿ ਬਾਕੀ ਦੀ ਰਹਿਣ ਦੀ ਜ਼ਿੰਦਗੀ ਤੁਹਾਨੂੰ ਪੈਸੇ ਦੀ ਘਾਟ ਨਹੀਂ ਆਏਗੀ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਜਿਵੇਂ ਕਿ ਤੁਸੀਂ ਪਿਛਲੇ ਕਈ ਹਫ਼ਤਿਆਂ ਤੋਂ ਦੇਖ ਰਹੇ ਹੋ ਕਿ ਆਪਾਂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਐਪੀਸੋਡ ਕਰ ਰਹੇ ਹਾਂ ਵੱਖਰੇ ਵੱਖਰੇ ਵਿਸ਼ਿਆਂ ਤੇ ਤੇ ਇੱਕ ਵਿਸ਼ਾ ਏ ਜਿਹੜਾ ਅਸੀਂ ਵੀ ਇਹਦੇ ਤੇ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਗੱਲਬਾਤ ਕਰ ਸਕੀਏ ਪਰ ਕਹਿੰਦੇ ਹੁੰਦੇ ਆ ਕਿ ਪੈਸਾ ਇੱਕ ਇਹੋ ਜੀ ਚੀਜ਼ ਐ ਜਿਹਨੂੰ ਤੁਸੀਂ ਜਿੰਨੀ ਮਰਜ਼ੀ ਸਕੀਮ ਨਾਲ ਬਚਤ ਕਰਨੀ ਚਾਹੋ ਪਰ ਫਿਰ ਵੀ ਕਈ ਵਾਰੀ ਤੁਹਾਡੇ ਖਰਚੇ ਨੇ ਜਿਹੜੇ ਤੁਹਾਡੇ ਸਮਝ ਤੋਂ ਵੀ ਬਾਹਰ ਹੋ ਜਾਂਦੇ ਨੇ ਫਿਰ ਵੀ ਪੈਸੇ ਨੂੰ ਬਚਾਉਣਾ ਜਿਹੜਾ ਬਹੁਤ ਜ਼ਿਆਦਾ ਲਾਜ਼ਮੀ ਹੈ ਕਿਉਂਕਿ ਕਦੋਂ ਕੋਈ ਮੁਸੀਬਤ ਆ ਜਾਵੇ ਪਤਾ ਨਹੀਂ ਹੁੰਦਾ ਇੱਕ ਵਾਰ ਮੈਨੂੰ ਇੱਕ ਸਾਡੀ ਰਿਸ਼ਤੇਦਾਰੀ ਚੋਂ ਬਜ਼ੁਰਗ ਮਿਲੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅੱਜਕੱਲ ਬੇਸ਼ੱਕ ਏਟੀਐਮ ਵਾਲਾ ਜਿਹੜਾ ਰੁਝਾਨ ਬਣ ਗਿਆ ਕਿ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਏਟੀਐਮ ਦੇ ਥਰੂ ਪੈਸੇ ਜਦੋਂ ਮਰਜ਼ੀ ਕਢਾ ਲਵੋ ਤੇ ਇਸੇ ਲਈ ਅਸੀਂ ਕੈਸ਼ ਜਿਹੜਾ ਉਹ ਰੱਖਣੋਂ हट ਗਿਆ ਹੈ ਨਾ ਕਹਿੰਦੇ ਬਜ਼ੁਰਗਾਂ ਵਾਲੇ ਤੇ ਬੱਚਿਆਂ ਵਾਲੇ ਘਰ ਦੇ ਵਿੱਚ ਕੈਸ਼ ਆ ਜਿਹੜਾ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਹਾਡੀ ਸੇਵਿੰਗ ਵੀ ਆ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਉਂਕਿ ਬਜ਼ੁਰਗਾਂ ਦੀ ਸਿਹਤ ਆ ਜਿਹੜੀ ਕਦੋਂ ਗੜਬੜਾ ਜਾਵੇ ਤੇ ਤੁਹਾਨੂੰ ਪੈਸੇ ਦੀ ਜ਼ਰੂਰਤ ਪੈ ਜਾਵੇ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਤੇ ਇਹੀ ਚੀਜ਼ਾਂ ਨੇ ਜਿਹੜੀਆਂ ਨਿਆਣਿਆਂ ਨਾਲ ਹੁੰਦੀਆਂ ਨੇ ਮੈਨੂੰ ਉਹਨਾਂ ਦੀ ਗੱਲ ਬਹੁਤ ਜ਼ਿਆਦਾ ਸਮਝ ਵਾਲੀ ਲੱਗੀ ਸੀ ਪਰ ਅੱਜ ਕੱਲ ਸਮਾਂ ਇਹੋ ਜਿਹਾ ਆ ਗਿਆ ਕਿ ਘਰ 'ਚ ਦੋਵੇਂ ਜੀ ਕਮਾਉਂਦੇ ਨੇ ਪਰ ਫਿਰ ਵੀ ਸਾਡੇ ਖਾਤੇ ਨੇ ਜਿਹੜੇ ਉਹ ਖਾਲੀ ਹੁੰਦੇ ਨੇ ਜਾਂ ਤਾਂ ਸਾਡੀਆਂ ਜ਼ਰੂਰਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਜਾਂ ਅਸੀਂ ਵਿਧਾ ਇੰਨੀਆਂ ਜ਼ਿਆਦਾ ਲਈਆਂ ਨੇ ਕਿ ਅਸੀਂ ਤਨਖਾਹਾਂ ਨੂੰ ਉਡੀਕਦੇ ਰਹਿੰਨੇ ਹੁੰਨੇ ਆ ਅਜੇ 30 ਤਰੀਕ ਨਹੀਂ ਹੋਈ ਹੁੰਦੀ ਤੇ ਅਸੀਂ ਉਡੀਕ ਰਹੇ ਹੁੰਨੇ ਆ ਕਿ ਸਾਡੀ ਤਨਖਾਹ ਜਿਹੜੀ ਉਹ ਕਦੋਂ ਆਊਗੀ ਤੇ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਸਰ ਨੇ ਇੱਕ ਜਗ੍ਹਾ ਲਿਖਿਆ ਹੋਇਆ ਹੈ ਕਿ ਤੁਹਾਡੀ ਤਨਖਾਹ ਇਹ ਜਿਹੜੀ ਘਟੋ ਘਟ ਤਿੰਨ ਤਨਖਾਹਾਂ ਸਾਲ ਦੀਆਂ ਤੁਹਾਨੂੰ ਬਚਾਉਣੀਆਂ ਚਾਹੀਦੀਆਂ ਨੇ ਪਰ ਅਸੀਂ ਨਹੀਂ ਬਚਾ ਸਕਦੇ ਤੇ ਪੈਸੇ ਨੂੰ ਕਿਵੇਂ ਬਚਾਇਆ ਜਾ ਸਕਦਾ ਇਸ ਚੀਜ਼ ਤੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੂੰ ਜੀ ਆਇਆਂ ਕਹਨੇ ਆ ਸਤਿ ਸ਼੍ਰੀ ਅਕਾਲ ਸਰ ਤੁਸੀਂ ਕਿੰਨੇ ਆ ਤਨਖਾਹਾਂ ਬਚਾਉਨੇ ਹੋ ਸਾਲ ਦੀਆਂ ਅ ਮੈਂ ਤੇ ਮੇਰੀ ਵਾਈਫ ਦੋਵੇਂ ਹਾਂਜੀ ਅ ਕੰਮ ਕਰਦੇ ਆ ਪ੍ਰੋਫੈਸਰ ਐ ਹਮ ਇੱਕ ਤਨਖਾਹ ਅਸੀਂ ਬਚਾ ਲੈਨੇ ਆ ਅੱਛਾ ਜੀ ਅੱਛਾ ਹਮ ਕੇਵਲ ਤਨਖਾਹ ਦੇ ਨਾਲ ਖਰਚੇ ਨਹੀਂ ਪੂਰੇ ਹੁੰਦੇ ਹਾਂਜੀ ਆਮਦਨ ਦੇ ਤਿੰਨ ਚਾਰ ਸਰੋਤ ਹੋਣੇ ਚਾਹੀਦੇ ਹ ਹ ਜਿਹੜੇ ਬਾਣੇ ਆ ਨਾ ਉਹ ਉਹਨਾਂ ਕੋਲ ਪੈਸਾ ਕਿਵੇਂ ਇਕੱਠਾ ਹੁੰਦਾ ਇਹ ਸਮਝਣ ਦੀ ਲੋੜ ਹੈ ਹਾਂਜੀ ਉਹਨਾਂ ਕੋਲ ਵਪਾਰ ਦਾ ਪੈਸਾ ਆਉਂਦਾ ਹ ਹ ਉਹਨਾਂ ਕੋਲ ਬੈਂਕ ਦੇ ਵਿੱਚ ਜਮਾ ਰਾਸ਼ੀ ਉੱਤੇ ਵਿਆਜ ਵਿਆਜ ਆਉਂਦਾ ਹੈ ਹੂੰ ਉਹਨਾਂ ਕੋਲ ਜਾਜ਼ਦਾਬ ਦਾ ਕਿਰਾਇਆ ਆਉਂਦਾ ਹੈ ਹੂੰ ਉਹਨਾਂ ਕੋਲ ਉਹਨਾਂ ਦਾ ਪੈਸਾ ਖਰਚਣ ਦਾ ਜਿਹੜਾ ਹੈ ਨਾ ਉਹ ਢੰਗ ਆਉਂਦਾ ਉਸ ਪੈਸੇ ਤੇ ਵੀ ਉਹ ਕਮਾਈ ਕਰਦੇ ਹਨ ਹੂੰ ਮਿਸਾਲ ਦੇ ਤੌਰ ਤੇ ਜੇਕਰ ਕੋਈ ਕਿਸਾਨ ਕਿਸੇ ਬਾਣਿਆ ਤੋਂ 1 ਲੱਖ ਰੁਪਇਆ ਲੈਂਦਾ ਹੈ ਨਾ ਹੂੰ ਤੇ ਉਹਦੇ ਉੱਤੇ 20% ਵਿਆਜ ਹੈ ਉਹ ਬਾਣੀਆਂ ਸਾਲ ਬਾਅਦ ਉਸ ਤੋਂ 20000 ਰੁਪਏ ਵਿਆਜ ਨਹੀਂ ਲਏਗਾ ਉਹਨੂੰ ਦੇਗਾ ਹੀ 80000 ਹੂੰ ਉਹਨੂੰ ਦੇਗਾ ਹੀ 80000 ਮਤਲਬ ਉਸ ਦੇ ਕੋਲ ਤਿੰਨ ਚਾਰ ਸਰੋਤ ਹਨ ਹੂੰ ਪੈਸੇ ਦੇ ਬਿਲਕੁਲ ਗੱਲ ਬਾਤ ਭਾਵੇਂ ਆਪਾਂ ਪੈਸਾ ਬਚਾਉਣ ਦੀ ਗੱਲ ਨਹੀਂ ਹੈ ਪਰ ਅਸਲ ਗੱਲ ਪੈਸਾ ਕਮਾਉਣ ਦੀ ਹੈ ਹੂੰ ਕਮਾਉਂਗੇ ਤਾਂ ਬਚਾਉਂਗੇ ਨਾ ਬਿਲਕੁਲ ਹੂੰ ਸੋ ਕਮਾਉਣਾ ਕਿਵੇਂ ਆ ਹੂੰ ਮਹੱਤਵਪੂਰਨ ਇਹ ਹੈ ਤੁਸੀਂ ਕਮਾਉਂਦੇ ਕਿਤਨਾ ਹੋ ਤੇ ਖਰਚਦੇ ਕਿਤਨਾ ਹੋ ਇਹਨਾਂ ਦੋਹਾਂ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਹਨ ਜਿਹੜੇ ਆਪਣੀ ਆਮਦਨ ਵਿੱਚ ਗੁਜ਼ਾਰਾ ਨਹੀਂ ਕਰਦੇ ਹੂੰ ਆਪਣੇ ਹੋਰਾਂ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦੇ ਹਮ ਕਿਸੇ ਦਾ ਸੌਹਰਾ ਰਟਾਇਰ ਹੋ ਗਿਆ ਹਾਂਜੀ ਤੇ ਉਸ ਬੰਦੇ ਨੇ ਆਪਣੀ ਵਾਈਫ ਪੇਕੇ ਭੇਜ ਦਿੱਤੀ ਵੀ ਉਹਨਾਂ ਨੂੰ ਪੈਸੇ ਮਿਲਣਗੇ ਤੇ ਉਹਨਾਂ ਵਿੱਚੋਂ ਪੈਸੇ ਕੁਝ ਤੋਂ ਮਿਲੇ ਆ ਹੂੰ ਉਹਨੂੰ ਆਪਣੀ ਆਮਦਨ ਤੇ ਵਿਸ਼ਵਾਸ ਨਹੀਂ ਸੀ ਬਿਲਕੁਲ ਉਹ ਉਸ ਸੌਹਰੇ ਨੂੰ ਮਿਲਣ ਵਾਲੀ ਪੈਨਸ਼ਨ ਦੇ ਜਾਂ ਉਸ ਨੂੰ ਰਿਟਾਇਰਮੈਂਟ ਤੇ ਮਿਲਣ ਵਾਲੇ ਪੈਸਿਆਂ ਦੇ ਵਿੱਚੋਂ ਚਾਕ ਸੀ ਇਹ ਗਲਤ ਹੈ ਤੁਹਾਡਾ ਆਪਣਾ ਸਰੋਤ ਹੋਣਾ ਚਾਹੀਦਾ ਹੈ ਜਦੋਂ ਤੱਕ ਤੁਸੀਂ ਕੇਵਲ 8 ਘੰਟੇ ਕੰਮ ਕਰਕੇ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਅਮੀਰ ਨਹੀਂ ਹੋ ਸਕਦਾ ਉਹ ਵੱਧ ਕੰਮ ਕਿਤਨਾ ਕਰਦਾ ਹੈ ਇੱਕ ਕੰਮ ਹੁੰਦਾ ਹੈ ਇੱਕ ਮਿਹਨਤ ਹੁੰਦੀ ਹੈ ਕੰਮ ਤੇ ਮਿਹਨਤ ਦੇ ਵਿੱਚ ਅੰਤਰ ਜਾਣਨ ਦੀ ਲੋੜ ਹੈ ਕੰਮ ਉਹ ਹੈ ਜਿਹੜਾ ਅਸੀਂ 9 ਤੋਂ ਲੈ ਕੇ 5 ਵਜੇ ਤੱਕ ਕਰਦੇ ਹੈਗੇ ਹਾਂ। ਹਾਂਜੀ। ਰੋਜ਼ਗਾਰ ਜਿਹੜਾ ਹੁੰਦਾ ਨਾ ਉਹ ਕੰਮ ਹੁੰਦਾ। ਹਮ 9 ਵਜੇ ਤੋਂ ਪਹਿਲਾਂ ਕੀ ਕਰਦੇ ਹਾਂ ਤੇ 5 ਵਜੇ ਤੋਂ ਬਾਅਦ ਕੀ ਕਰਦੇ ਹਾਂ ਉਹ ਮਿਹਨਤ ਹੁੰਦੀ ਹੈ। ਹਮ ਸਪੋਜ਼ ਕਰ ਲਓ ਮੈਂ ਕੋਈ ਪੜ੍ਹਾਈ ਕਰ ਰਿਹਾ ਹਾਂ ਤਾਂ ਉਹ ਭਵਿਕ ਵਾਸਤੇ ਹੈ। ਭਵਿਕ ਦੇ ਵਿੱਚ ਮੇਰੀ ਮਿਹਨਤ ਮੇਰੀ ਆਮਦਨ ਨੂੰ ਵਧਾਏਗੀ। ਹਾਂਜੀ। ਉਹ ਵਧਾਈ ਹੋਈ ਜਿਹੜੀ ਆਮਦਨ ਹੈ ਵਧੀ ਹੋਈ ਜਿਹੜੀ ਆਮਦਨ ਹੈ। ਉਸ ਦੇ ਵਿੱਚੋਂ ਬਚਤ ਹੋਵੇਗੀ ਹੂੰ ਸੋ ਇੱਕ ਤਾਂ ਪੈਸੇ ਦੇ ਸੁਭਾਅ ਨੂੰ ਸਮਝਣ ਦੀ ਲੋੜ ਹੈਗੀ ਆ ਹਾਂਜੀ ਪੈਸੇ ਦਾ ਸੁਭਾਅ ਹੈ ਘੁੰਮਣਾ ਹੂੰ ਜਿਹੜਾ ਪੈਸਾ ਤੁਹਾਡੇ ਕੋਲ ਆਇਆ ਨਾ ਉਹ ਘੁੰਮ ਕੇ ਆਇਆ ਹੈ ਹੂੰ ਤੇ ਥੋੜੀ ਦੇਰ ਬਾਅਦ ਉਹ ਪੈਸੇ ਨੇ ਘੁੰਮਣ ਨਿਕਲ ਜਾਣਾ ਹੈ ਬਿਲਕੁਲ ਘੁੰਮਣ ਨਿਕਲ ਜਾਣਾ ਹੂੰ ਸੋ ਪੈਸੇ ਦਾ ਸੁਭਾਅ ਸਮਝਣ ਦੀ ਲੋੜ ਹੈਗੀ ਸਭ ਤੋਂ ਪਹਿਲੀ ਗੱਲ ਪੈਸੇ ਬਾਰੇ ਹੈ ਜੋ ਤੁਹਾਡੇ ਕੋਲ ਪੈਸਾ ਹੈ ਉਸ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਸਿੱਖੋ ਹਾਂਜੀ ਜੇਕਰ ਮੇਰੇ ਕੋਲ 100 ਰੁਪਏ ਹੈ ਤੇ ਮੈਂ ਉਸ ਦੇ ਨਾਲ 50 ਰੁਪਏ ਦਾ ਰਿਕਸ਼ਾ ਕਰਕੇ ਕਿੰਨੇ ਪਹੁੰਚ ਜਾਵਾਂ ਗਲਤ ਹੈ ਹੂੰ ਮੈਨੂੰ ਪੈਦਲ ਜਾਣਾ ਚਾਹੀਦਾ ਕਿਉਂਕਿ ਮੈਂ ਪੈਦਲ ਜਾ ਸਕਦਾ ਮੇਰੇ ਕੋਲ ਪੈਦਲ ਜਾਣ ਦਾ ਟਾਈਮ ਹੈ ਮੈਂ ਪੈਦਲ ਚੱਲ ਸਕਦਾ ਮੈਂ ਜਵਾਨ ਹਾਂ ਮੇਰੇ ਚ ਟੁਰਨ ਦੀ ਹਿੰਮਤ ਹੈ ਹਾਂ ਸੋ ਜਿੱਥੇ ਪੈਸਾ ਬਚ ਸਕਦਾ ਹੈ ਉਥੇ ਪੈਸਾ ਬਚਾਉਣਾ ਪਏਗਾ ਜਿਹੜੇ ਵੱਡੇ ਫੈਸਲੇ ਹਨ ਨਾ ਜ਼ਿੰਦਗੀ ਦੇ ਉਹੋ ਤਾਂ ਕਹਾਣਾਂ ਨਾਲ ਨਹੀਂ ਹੁੰਦੇ ਹੁੰਦੇ ਹਾਂਜੀ ਉਹ ਬਚਤ ਕਿਤੇ ਪੈਸਿਆਂ ਨਾਲ ਹੁੰਦੇ ਹੁੰਦੇ ਆ ਹਮ ਤੁਹਾਡੇ ਬੱਚੇ ਨੇ ਕਿਧਰੇ ਦਾਖਲਾ ਲੈਣਾ ਉਥੇ 3 ਲੱਖ ਰੁਪਏ 4 ਲੱਖ ਰੁਪਏ ਖਰਚ ਆਏਗਾ ਉਹ ਤੁਹਾਡੀ ਜੇਕਰ ਬਚਤ ਹੈ ਤਾਂ ਹੋਏਗਾ ਹਮ ਇੱਕ ਹੋਰ ਗੱਲ ਸਮਝ ਲਓ ਬਚਤ ਕਰਨ ਦੀ ਸਮਰੱਥਾ ਹੁੰਦੀ ਹੈ ਹਾਂਜੀ ਜੂਏ ਬਾਜ਼ ਨੂੰ ਤੁਸੀਂ ਅੱਜ ਲੱਖ ਰੁਪਇਆ ਦੇ ਦਿਓ ਤਿੰਨ ਚਾਰ ਦਿਨਾਂ ਦੇ ਵਿੱਚ ਉਹ ਹਾਰ ਕੇ ਫਿਰ ਕੰਗਾਲ ਹੋ ਜਾਏਗਾ ਉਹਦੇ ਕੋਲ ਪੈਸਾ ਰੱਖਣ ਦੀ ਸਮਰੱਥਾ ਹੀ ਨਹੀਂ ਹੈ ਪੈਸਾ ਬਚਾਉਣ ਦੀ ਸਮਰੱਥਾ ਹੀ ਨਹੀਂ ਹੈ ਉਹਦੇ ਕੋਲ ਕੰਗਾਲ ਹੋਣ ਦੀ ਸਮਰੱਥਾ ਹੈ ਹੂੰ ਜਿੰਨੇ ਮਰਜ਼ੀ ਉਹਨੂੰ ਪੈਸੇ ਦੇ ਦਿਓ ਉਹ ਕੰਗਾਲ ਹੋ ਕੇ ਤਾਂ ਸ਼ਾਂਤ ਹੋਏਗਾ ਇਹ ਹੀ ਹਾਲ ਸ਼ਰਾਬੀ ਦਾ ਹੈਗਾ ਸ਼ਰਾਬੇ ਕੋਲ ਜਿਹੜੀ ਹੈ ਨਾ ਸ਼ਰਾਬ ਰੱਖਣ ਦੀ ਸਮਰੱਥਾ ਨਹੀਂ ਹੈ ਉਹਨੂੰ ਪੀਣ ਦੀ ਸਮਰੱਥਾ ਹੈ ਉਹ ਪੀ ਕੇ ਉਹਨੂੰ ਖਤਮ ਕਰਕੇ ਜਿਹੜਾ ਹੈ ਨਾ ਤਾਂ ਉਹਨੂੰ ਨੀਂਦਰ ਆਏਗੀ ਸੋ ਇੱਕ ਤਾਂ ਪੈਸੇ ਦਾ ਸੁਭਾਅ ਸਮਝਣ ਦੀ ਲੋੜ ਹੈਗੀ ਹੈ ਪੈਸੇ ਦਾ ਪੈਸਾ ਜਿਹੜਾ ਹੈ ਨਾ ਇਹ ਐਸਾ ਇੰਜਣ ਹੈ ਇਹ ਤਾਂ ਬਿਨਾ ਕੁਝ ਨਹੀਂ ਚੱਲਦਾ ਕੁਝ ਨਹੀਂ ਹਿੱਲਦਾ ਪੈਸਾ ਇੱਕ ਚੀਜ਼ ਹੈ ਜਿਸ ਨੂੰ ਹਿੰਦੁਸਤਾਨ ਦੇ ਕੰਨਿਆ ਕੁਮਾਰੀ ਤੋਂ ਲੈ ਕੇ ਯਮੋ ਕਸ਼ਮੀਰ ਦਾ ਕਿ ਜਿਹੜਾ ਨਾ ਹਰ ਕੋਈ ਪਛਾਣਦਾ ਹੈ ਹਾਂ ਹਾਂ ਪੈਸੇ ਨੂੰ ਹਰ ਕੋਈ ਪਛਾਣਦਾ ਹੈ ਬਿਲਕੁਲ ਹਾਂ 8-9 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਿਹੜਾ ਨਾ ਪਤਾ ਲੱਗ ਜਾਂਦਾ ਇਹ ਪੈਸਾ ਬੜੀ ਵੱਡੀ ਚੀਜ਼ ਹੈ ਹਾਂ ਉਹ ਜਦੋਂ ਨੋਟ ਦੇ ਕੇ ਦੁਕਾਨਦਾਰ ਨੂੰ ਕਹਿੰਦਾ ਚਾਕਲੇਟ ਦੇਣਾ ਉਸ ਨੂੰ ਪਤਾ ਹੈ ਪੈਸਾ ਚਾਕਲੇਟ ਲਿਆਏਗਾ ਬਿਲਕੁਲ ਪੈਸੇ ਦੇ ਉਹ ਗੋਲ ਗੱਪੇ ਖਾ ਸਕਦਾ ਹੈ ਪੈਸੇ ਦੇ ਉਹ ਕੋਈ ਹੋਰ ਚੀਜ਼ ਖਾ ਸਕਦਾ ਹੈ ਉਹਨੂੰ ਪਤਾ ਹੈ ਕਿ ਪੈਸਾ ਜਿਹੜਾ ਨਾ ਉਹ ਚਾਬੀ ਹੈ ਹਾਂ ਹਾਂ ਸੋ ਇਸ ਨੂੰ ਵਟਾਂਦਰਾ ਦਰ ਕਹਿੰਦੇ ਹਨ ਵਟਾਂਦਰਾ ਅਸੀਂ ਇੱਕ ਚੀਜ਼ ਦਿੰਨੇ ਆ ਤੇ ਦੂਜੀ ਲੈ ਆਉਨੇ ਹਾਂ ਜਦੋਂ ਮੈਂ ਲੇਡੀਜ਼ ਨੂੰ ਵੇਖਦਾ ਨਾ ਉਹਨਾਂ ਨੇ ਰੰਗ-ਬਰੰਗੇ ਲਿਫਾਫੇ ਚੁੱਕੇ ਹੁੰਦੇ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਘਰ ਵਿਆਹ ਹੈਗਾ ਇਸ ਕਰਕੇ ਇਹ ਰੰਗ-ਬਰੰਗੇ ਲਿਫਾਫੇ ਜਿਹੜੇ ਨਾ ਉਹ ਆ ਰਹੇ ਹਮ ਸੋ ਵਿਆਹ ਦੀ ਰੌਣਕ ਜਿਹੜੀ ਆ ਉਹ ਤੁਹਾਡੀ ਬੱਚਤ ਵਿੱਚੋਂ ਆਏਗੀ ਉੱਜਲੀ ਆਏਗੀ ਬਿਲਕੁਲ ਬਦਕਿਸਮਤੀ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੈਸੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ ਹੂੰ ਪੈਸਾ ਕਮਾਉਣਾ ਕਿਵੇਂ ਹੈ ਕਮਾਉਣਾ ਆਪਣੀ ਹਿੰਮਤ ਨਾਲ ਹੈ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ 16 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਹਨ ਨਾ ਉਹ ਪੇਰੈਂਟਸ ਉੱਤੇ ਨਿਰਭਰ ਕਰਦੇ ਹਨ ਹੂੰ ਉਸ ਤੋਂ ਬਾਅਦ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹ ਕੰਮ ਕਰ ਸਕਦੇ ਹਨ ਕਾਨੂੰਨੀ ਤੌਰ ਤੇ ਕਰ ਸਕਦੇ ਹਨ ਉਸ ਤੋਂ ਪਹਿਲਾਂ ਉਹ ਕਰ ਨਹੀਂ ਸਕਦੇ ਉਹਨੂੰ ਚਾਈਲਡ ਲੇਬਰ ਕਹਿੰਦੇ ਹਨ ਜਿਸ ਦੀ ਉੱਥੇ ਮਨਾਹੀ ਹੈ ਉਹ ਇਲੀਗਲ ਹੈ ਸਾਡੇ ਦੇਸ਼ ਦੇ ਵਿੱਚ ਬੱਚੇ ਵੀ ਕੰਮ ਕਰਦੇ ਹਾਂ ਸੋ 16 ਸਾਲ ਦੀ ਉਮਰ ਤੋਂ ਬਾਅਦ ਜੇਕਰ ਬੱਚਾ ਫੇਰ ਵੀ ਮਾਪਿਆਂ ਦੇ ਕੋਲ ਰਹਿ ਰਿਹਾ ਕੋਈ ਪੜ੍ਹਾਈ ਕਰ ਰਿਹਾ ਜਾਂ ਕਿਸੇ ਹੋਰ ਕੰਮ ਰਹਿ ਰਿਹਾ ਹੈ ਉਸ ਨੂੰ ਕੰਮ ਕਰਨਾ ਪਏਗਾ। ਹਮ ਕੰਮ ਦੇ ਹਾਲਤ ਇਹ ਹੈਗੇ ਆ ਕਿ ਉਥੋਂ ਦੇ ਰਾਸ਼ਟਰਪਤੀ ਦੇ ਬੱਚੇ ਵੀ ਕੰਮ ਕਰਦੇ ਨੇ। ਬਿਲਕੁਲ। ਉਹ ਰਾਸ਼ਟਰਪਤੀ ਦੇ ਬੱਚੇ ਤਾਂ ਵਾਈਟ ਹਾਊਸ ਦੇ ਵਿੱਚ ਨਹੀਂ ਰਹਿੰਦੇ ਹੈਗੇ। ਉਹ ਆਪਣੇ ਪਿਤਾ ਕੋਲ ਨਹੀਂ ਰਹਣਗੇ। ਹਮ ਉਹ ਆਪ ਕੰਮ ਕਰਨਗੇ ਤੇ ਵੱਖਰੇ ਰਹਿਣਗੇ। ਅਮਰੀਕਾ ਦੇ ਵਿੱਚ ਵਿਆਹ ਹੋਏ ਬੱਚੇ ਕਦੇ ਵੀ ਮਾਪਿਆਂ ਦੇ ਕੋਲ ਨਹੀਂ ਰਹਿੰਦੇ। ਇਹ ਉਹਨਾਂ ਨੂੰ ਜਿਸ ਨੂੰ ਕਹਿੰਦੇ ਹਨ ਨਾ ਇੱਕ ਬੜਾ ਵੱਡਾ ਨੁਕਸ ਸਮਝ ਆ ਜਾਂਦਾ ਵੀ ਇਸ ਬੰਦੇ ਵਿੱਚ ਹਿੰਮਤ ਹੀ ਨਹੀਂ ਹੈ। ਹਾਂਜੀ। ਆਪਣੀ ਜ਼ਿੰਦਗੀ ਆਪ ਜੀ ਉਣ ਦੀ ਹੂੰ ਸੋ ਕੰਮ ਕਰੋ ਮੈਂ ਆਪ ਸਾਰੀ ਜ਼ਿੰਦਗੀ ਜਿਹੜਾ ਨਾ ਕੰਮ ਕਰਕੇ ਪੜ੍ਹਾਈ ਕੀਤੀ ਆ ਹੂੰ ਤੇ ਬੜਾ ਚੰਗਾ ਲੱਗਿਆ ਉਸ ਦੇ ਨਾਲ ਮੈਂ ਦੋ ਪੜ੍ਹਾਈਆਂ ਕੀਤੀਆਂ ਇੱਕ ਉਹ ਪੜ੍ਹਾਈ ਕੀਤੀ ਹੈ ਜਿਹੜੇ ਸਕੂਲ ਕਾਲਜ ਦੇ ਵਿੱਚ ਕੀਤੀ ਹੈ ਇੱਕ ਉਹ ਪੜ੍ਹਾਈ ਕੀਤੀ ਹੈ ਜਿਹੜੀ ਮੈਂ ਜ਼ਿੰਦਗੀ ਤੋਂ ਸਿੱਖਿਆ ਕੰਮ ਕਰਦਿਆਂ ਬਹੁਤ سارے ਬੰਦੇ ਮੇਰੇ ਸੰਪਰਕ ਵਿੱਚ ਆਏ ਮੈਨੂੰ ਇਸ ਤਰ੍ਹਾਂ ਤੇ ਪੁਰਸ਼ਾਂ ਦੇ ਸੁਭਾਅ ਦਾ ਪਤਾ ਲੱਗਾ ਮੈਨੂੰ ਉਹਨਾਂ ਦੀ ਜਿਹੜੀ ਬਿਰਤੀ ਸੀਗੀ ਉਹਨਾਂ ਦੇ ਨਾਲ ਜਾਣਨ ਦਾ ਪਤਾ ਲੱਗਾ ਵੀ ਇਹ ਇਸ ਤਰ੍ਹਾਂ ਕਰਦੇ ਹਨ ਇਸ ਤਰ੍ਹਾਂ ਬੇਈਮਾਨੀਆਂ ਕਰਦੇ ਹਨ ਇਸ ਕਿਸਮ ਦੀ ਹਿਰਾਫੇਰੀਆਂ ਕਰਦੇ ਹਨ ਇਸ ਕਿਸਮ ਦਾ ਅਨਿਆਇ ਕਰਦੇ ਹਨ ਜੇ ਮੈਂ ਇਹਨਾਂ ਨੂੰ ਖੁਸ਼ ਰੱਖਣਾ ਹੈਗਾ ਤਾਂ ਮੈਨੂੰ ਇਹ ਤੰਗ અપਨਾਉਣਾ ਪਏਗਾ ਸੋ ਕੰਮ ਕੀਤਾ ਪੈਸੇ ਕਮਾਏ ਇਥੋਂ ਤੱਕ ਸੀ ਕਿ ਮੈਂ ਜਿਸ ਮਹੀਨੇ ਮੈਨੂੰ ਪੈਂਟ ਲੋੜ ਪੈਂਦੇ ਸੀ ਮੈਂ ਇਹ ਸੋਚਦਾ ਸੀ ਕਿ ਇਸ ਮਹੀਨੇ ਮੈਂ ਵਾਧੂ ਕੰਮ ਕਰਕੇ ਜਿਹੜੇ ਪੈਸੇ ਕਮਾਵਾਂਗਾ ਉਸ ਦੀ ਉਹਨਾਂ ਪੈਸਿਆਂ 'ਨੇ ਮੈਂ ਪੈਂਟ ਖਰੀਦਾਂਗਾ ਹੂੰ ਇਹ ਇਸ ਇਸ ਮਹੀਨੇ ਮੈਂ ਵਾਧੂ ਪੈਸਿਆਂ ਦੇ ਨਾਲ ਬੂਟ ਖਰੀਦਾਂਗਾ ਹੂੰ ਸੋ ਮੈਂ ਆਪਣੇ ਫੈਸਲੇ ਆਪ ਕੀਤੇ ਤੇ ਆਪਣੀ ਸਮਰੱਥਾ ਦੇ ਨਾਲ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਕਿਉਂਕਿ ਅਸੀਂ ਪਾਕਿਸਤਾਨ ਤੋਂ ਆਏ ਸੀ ਉੱਜੜ ਕੇ ਆਏ ਸੀ ਇਹ ਰਫੂਜੀ ਸੀ ਹਰ ਕਿਸੇ ਨੂੰ ਜੋ ਕੰਮ ਮਿਲਿਆ ਉਕਿਤਾ ਹੂੰ ਸੁਨੇਮੇ ਵਿੱਚ ਪਾਪੜ ਵੀ ਵੇਚੇ ਸਭ ਜਗ੍ਹਾ ਜੋ ਕੰਮ ਮਿਲਿਆ ਕੀਤਾ ਹੂੰ ਇੱਕ ਵਾਰੀ ਮੈਂ ਇੱਕ ਆਟੇ ਦੀ ਚੱਕੀ ਤੇ ਕਣਕ ਲੈ ਕੇ ਗਿਆ ਹੋਇਆ ਸੀ ਆਟਾ ਪਿਸਵਾਉਣ ਵਾਸਤੇ ਉੱਥੇ ਇੱਕ ਬੰਦਾ ਸੀ ਉਸਨੇ ਆਟਾ ਲਿਆ ਉਹ ਕਹਿੰਦਾ ਸੀ ਕਿਸੇ ਮਜ਼ਦੂਰ ਨੂੰ ਲੱਭ ਰਿਹਾ ਸੀ ਕਿ ਜਿਹੜਾ ਆਟਾ ਉਹਦੇ ਘਰ ਪਹੁੰਚਾ ਸਕੇ ਤੇ ਮੈਂ ਉਸਨੂੰ ਕਿਹਾ ਸੀ ਮੈਂ ਪਹੁੰਚਾ ਦਿੰਦਾ ਪਾਵੇਂ ਉਸ ਤੋਂ ਮੈਨੂੰ ਚਾਰਾਂ ਨੇ ਹੀ ਮਿਲੇ ਪਰ ਮੈਂ ਉਹ ਆਟਾ ਨੇੜੇ ਘਰ ਸੇ ਉਹਦਾ ਉਹ ਉਸ ਦੇ ਘਰ ਪਹੁੰਚਾਇਆ ਹਾਂ ਹੂੰ ਸੋ ਕੰਮ ਮੈਨੂੰ ਮਿਲਿਆ ਤੇ ਮੈਂ ਕਰ ਦਿੱਤਾ ਹਾਂਜੀ ਤੇ ਉਸ ਦੇ ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਕੋਈ ਲੜਕਾ ਕਿਸੇ ਦੀ ਕਾਰ ਖੜੀ ਹੈ ਕਾਰ ਮੈਲੀ ਹੈ ਉਹ ਪੁੱਛ ਲਏਗਾ ਕਿ ਕਾਰ ਤੋੜਿਆ ਓਕੇਗਾ ਤੋੜੇ ਉਹ ਪਹਿਲਾਂ ਵੈਸੇ ਫੈਸਲਾ ਕਰ ਲਏਗਾ ਕਿ ਇਹਨੇ ਪੈਸੇ ਮੈਨੂੰ ਮਿਲਣਗੇ ਇਸ ਕਾਰ ਤੋਂ ਧੋਣ ਦੇ ਉਸੇ ਵੇਲੇ ਤੌਣ ਲੱਗ ਜਾਏਗਾ ਹੂੰ ਸੋ ਉਹ ਲੋਕ ਜਿਹੜੇ ਹਨ ਨਾ ਪੈਸੇ ਦੇ ਨਾਲ ਜਿਹੜੀ ਆਜ਼ਾਦੀ ਆਉਂਦੀ ਹੈ ਨਾ ਪੈਸੇ ਦਾ ਮਤਲਬ ਆਜ਼ਾਦੀ ਹੈਗਾ ਮੇਰੀ ਜੇਬ 'ਚ ਪੈਸੇ ਹੋਣ ਮੈਂ ਆਮ ਤੌਰ ਤੇ ਕਹਿਣਾ ਹੁੰਦਾ ਤੁਹਾਨੂੰ ਵੀ ਦੱਸਿਆ ਹੁਣਾ ਪੈਸੇ ਦੇ ਤਿੰਨ ਆਨੰਦ ਹੁੰਦੇ ਹਨ ਹੂੰ ਇੱਕ ਹੈ ਕਮਾਉਣ ਦਾ ਆਨੰਦ ਬਿਲਕੁਲ ਬੜਾ ਵੱਡਾ ਆਨੰਦ ਹੈ ਇਹ ਹੂੰ ਜਦੋਂ ਪੈਸੇ ਮਿਲ ਜਾਂਦੇ ਹਨ ਮਿਹਨਤ ਦੇ ਪੈਸੇ ਮਿਲ ਜਾਂਦੇ ਹਨ ਅਦਾਇਗੀ ਹੋ ਜਾਂਦੀ ਹੈ ਸਾਰਾ ਪਸੀਨਾ ਸੁੱਕ ਜਾਂਦਾ ਹੈ ਹੂੰ ਉਦਾਸ ਚਿਹਰੇ ਤੇ ਰੌਣਕ ਆ ਜਾਂਦੀ ਹੈ ਸੰਭਾਵਨਾਵਾਂ ਪੈਦਾ ਹੋ ਜਾਂਦੀ ਹੈ ਮੈਂ ਬਚਪਨ ਦੇ ਵਿੱਚ ਜਿਹੜੀ ਉਦੋਂ ਆਮੁੱਲ ਮੱਖਣ ਜਿਹੜਾ ਸੀ ਨਾ ਸ਼ੁਰੂ ਹੀ ਹੋਇਆ ਸੀਗਾ 100 ਗ੍ਰਾਮ ਦੀ ਟਿੱਕੇ ਲੈ ਕੇ ਨਾ ਮੈਂ ਉਹ ਖੜਾ ਖੜਾ ਹੀ ਖਾ ਜਾਂਦਾ ਸੀਗਾ ਹਮ ਕਿਉਂਕਿ ਮੈਨੂੰ ਚੰਗੀ ਲੱਗਦੀ ਸੀ ਪਰ ਉਹ ਪੈਸੇ ਕਮਾਏ ਹੁੰਦੇ ਸੀ ਉਹ ਕਮਾਈ ਦਾ ਆਨੰਦ ਸੀ ਸੋ ਪਹਿਲੇ ਪਹਿਲਾ ਆਨੰਦ ਹੈ ਕਮਾਉਣ ਦਾ ਆਨੰਦ ਦੂਜਾ ਆਨੰਦ ਹੈ ਪੈਸੇ ਕੋਲ ਹੋਣ ਦਾ ਆਨੰਦ ਜੇਕਰ ਤੁਹਾਡੇ ਕੋਲ ਪੈਸੇ ਨਾ ਨਾ ਹੋਣ ਤਾਂ ਦਿੱਲੇ ਤੁਸੀਂ ਗਏ ਹੋ ਤੁਹਾਨੂੰ ਚਾਰ ਵਜੇ ਚਿੰਤਾ ਲੱਗ ਜਾਏਗੀ ਕਿ ਖਾਣਾ ਕਿੱਥੇ ਖਾਵਾਂਗੇ ਹੂੰ ਹੂੰ ਰਾਤ ਕਿੱਥੇ گزارਾਂਗੇ ਜੇ ਪੈਸੇ ਹੋਣ ਤੁਸੀਂ ਪਰਵਾਹ ਨਹੀਂ ਕਰਦੇ ਜਿੱਥੇ ਰਾਤ ਪਹਿ ਕੇ ਖਾ ਲਵਾਂਗੇ ਹੂੰ ਹੂੰ ਜਿੱਥੇ ਰਹਿਣ ਦੀ ਲੋੜ ਪੈ ਕੇ ਰਹਿ ਲਵਾਂਗੇ ਸੋ ਪੈਸਾ ਆਜ਼ਾਦੀ ਦਿੰਦਾ ਤੁਹਾਨੂੰ ਪੈਸਾ ਤੁਹਾਨੂੰ ਆਜ਼ਾਦ ਕਰਦਾ ਪੈਸਾ ਤੁਹਾਡੀ ਸ਼ਕਤੀ ਵਧਾਉਂਦਾ ਤੇ ਤੀਜਾ ਹੁੰਦਾ ਖਰਚਣ ਦਾ ਆਨੰਦ ਖਰਚਣ ਦਾ ਆਨੰਦ ਜਿਹੜਾ ਹੈ ਨਾ ਉਹ ਉਹ ਹੀ ਮਾਨ ਸਕਦੇ ਆ ਜਿਨ੍ਹਾਂ ਨੇ ਪੈਸਾ ਕਮਾਇਆ ਹੁੰਦਾ ਤੇ ਬਚਤ ਕੀਤੀ ਹੁੰਦੀ ਹੈ ਹਾਂਜੀ ਸੋ ਇਸ ਟੰਗ ਦੇ ਨਾਲ ਕੀ ਹੁੰਦਾ ਹੈ ਕਿ ਪੈਸੇ ਦਾ ਸੁਭਾਅ ਸਮਝੋ ਪੈਸਾ ਉਹ ਹੁੰਦਾ ਹੈ ਜਿਹੜਾ ਤੁਸੀਂ ਕਮਾਇਆ ਹੁੰਦਾ ਮੈਂ ਪਰਸਨਲੀ ਫੀਲ ਕਰਦਾ ਕਿ ਹਿੰਦੁਸਤਾਨ ਦੇ ਵਿੱਚ ਜੇਕਰ ਬੱਚਿਆਂ ਨੇ ਵਿਕਾਸ ਕਰਨਾ ਆਪਣੇ ਪੈਰਾਂ ਤੇ ਖੜੇ ਹੋਣਾ ਆਪਣੇ ਫੈਸਲੇ ਆਪ ਕਰਨੇ ਹਨ ਤੇ ਇਨਸਾਨ ਬਣਨਾ ਹੈਗਾ ਤਾਂ ਉਹਨਾਂ ਨੂੰ ਇੱਕ ਉਮਰ ਤੋਂ ਬਾਅਦ ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਸਾਡੇ ਦੇਸ਼ ਦੇ ਵਿੱਚ ਉਨ ਚੱਲੇਗਾ ਅੱਗੇ ਤੋਂ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਿਆ ਕਰਨਗੇ ਘੰਟਿਆਂ ਦੇ ਹਿਸਾਬ ਨਾਲ ਜਿਹੜਿਆਂ ਨੂੰ ਪੈਸੇ ਮਿਲਦੇ ਹਨ ਉਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਕੋਲ 4 ਘੰਟੇ ਹਨ ਤੁਸੀਂ 4 ਘੰਟੇ ਕੰਮ ਕਰ ਲਓ 6 ਘੰਟੇ ਹਨ 6 ਘੰਟੇ ਕੰਮ ਕਰ ਲਓ ਐ ਤੁਹਾਨੂੰ 4 ਘੰਟੇ ਹਨ ਉਦੋਂ ਕਰ ਲਵੋ ਉਸ ਦੇ ਨਾਲ ਤੁਹਾਡੇ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਤੁਹਾਡੇ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਸੈਲਫ ਕੌਨਫੀਡੈਂਸ ਵਧੇਗਾ ਸੈਲਫ ਕੰਫੀਡੈਂਸ ਵਧਣ ਨਾਲ ਤੁਹਾਨੂੰ ਗੱਲਬਾਤ ਕਰਨੀ ਆ ਜਾਏਗੀ ਤੁਹਾਨੂੰ ਸੌਦਾ ਕਰਨਾ ਆ ਜਾਏਗਾ ਤੁਹਾਨੂੰ ਦੁਕਾਨਦਾਰ ਨਾਲ ਗੱਲਬਾਤ ਕਰਨੀ ਆ ਜਾਏਗੀ ਤੁਹਾਨੂੰ ਨੇਗੋਸ਼ੀਏਟ ਕਰਨਾ ਆ ਜਾਏਗਾ ਤੁਹਾਨੂੰ ਬਾਰਗੇਨਿੰਗ ਕਰਨੀ ਆ ਜਾਏਗੀ ਤੁਹਾਨੂੰ ਬਹੁਤ ਕੁਝ ਜਿਹੜਾ ਹੈ ਉਹ ਆ ਜਾਵੇਗਾ ਸੋ ਇਸ ਤਰ੍ਹਾਂ ਪੈਸਾ ਜਿਹੜਾ ਹੈ ਉਹਦੇ ਸੁਭਾਅ ਨੂੰ ਸਮਝਣ ਲਈ 16 ਸਾਲ ਦੀ ਉਮਰ ਤੋਂ ਬਾਅਦ ਮੈਂ ਚਾਹੁੰਦਾ ਹੈਗਾ ਕਿ ਬੱਚਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਆਪਣੇ ਬੱਚਿਆਂ ਨੂੰ ਵੱਖਰੇ ਵੱਖਰੇ ਟਰੇਡਸ ਦੇ ਵਿੱਚ ਪਾਇਆ ਮਤਲਬ ਉਹਨਾਂ ਨੂੰ ਕਮਾਈ ਕਰਨ ਤਾਂ ਨਹੀਂ ਲਾਇਆ ਹੈਗਾ ਉਹਨਾਂ ਨੂੰ ਮੈਂ ਬੰਨੇ ਹੋਏ ਪੈਸੇ ਦਿੰਦਾ ਹੁੰਦਾ ਸੀ ਇਹ ਤੁਹਾਡਾ ਪਾਕਟ ਖਰਚ ਹੈਗਾ ਇਸ ਦੇ ਵਿੱਚ ਹੀ ਰਹਿਣਾ ਹੈਗਾ ਤੇ ਜੇਕਰ ਤੁਸੀਂ ਹੋਰ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਕੰਮ ਕਰਨਾ ਪਏਗਾ ਮੇਰੇ ਕੋਲ ਪਰਚੇ ਹੁੰਦੇ ਸੀਗੇ ਯੂਨੀਵਰਸਿਟੀ ਦੇ ਮੈਂ ਉਹ ਪਰਚੇ ਜਿਹੜਾ ਸੀ ਨਾ ਅੰਦਰ ਦੇਖ ਕੇ ਨੰਬਰ ਲਾ ਦਿੰਦਾ ਸੀ ਹਰ ਸਵਾਲ ਦੇ ਨੰਬਰ ਲਾ ਦਿੰਦਾ ਸੀ ਤੇ ਮੇਰਾ ਬੱਚੇ ਜਿਹੜੇ ਸੀਗੇ ਉਹ ਇੱਕ ਅੰਦਰੋਂ ਨੰਬਰ ਜਿਹੜਾ ਸੀ ਨਾ ਟਾਈਟਲ ਪੇਜ ਲਿਖ ਦਿੰਦਾ ਸੀ ਦੂਜਾ ਟੋਟਲ ਕਰ ਦਿੰਦਾ ਸੀ ਤੇ ਜੱਜ ਚੈੱਕ ਕਰ ਦਿੰਦਾ ਸੀ ਉਹਨਾਂ ਸਾਰਿਆਂ ਦਾ ਜਮੈਂ ਪੈਸੇ ਬਨੇ ਹੋਏ ਸੀ ਕਿ ਇਸ ਨੂੰ 20 ਪੈਸੇ ਪਰਚੇ ਦੇ ਮਿਲਣਗੇ ਇਸ ਨੂੰ 10 ਪੈਸੇ ਮਿਲਣਗੇ ਇਸ ਨੂੰ 5 ਪੈਸੇ ਮਿਲਣਗੇ ਮਤਲਬ ਜਿਹੜਾ ਸਭ ਤੋਂ ਛੋਟਾ ਸੀ ਉਹਦਾ ਕੰਮ ਇਹ ਸੀ ਕਿ ਉਸ ਨੇ ਸਾਰੇ ਪੇਜ ਪਲਟ ਕੇ ਵੇਖਣੇ ਸੀ ਕਿ ਕੋਈ ਸਵਾਲ ਨੰਬਰ ਲੱਗਣੋਂ ਤੱਕ ਨਹੀਂ ਰਹਿ ਗਿਆ ਮਤਲਬ ਉਹ ਸਾਰੇ ਜਿਹੜੇ ਸੀ ਉਹ ਕਮਾਈ ਕਰਦੇ ਸੀ ਉਹਨਾਂ ਦੇ ਵਿੱਚ ਇੱਕ ਕੰਮ ਕਰ ਮੈਨੂੰ ਪੁੱਛਣ ਲੱਗ ਜਾਂਦੇ ਸੀ ਪਰਚੇ ਨਹੀਂ ਆਏ ਪਰਚੇ ਕਦੋਂ ਆਉਣਗੇ ਹਾਂਜੀ ਸੋ ਉਹਨਾਂ ਦੇ ਵਿੱਚ ਕਿਉਂਕਿ ਉਹ ਪੈਸੇ ਦੇ ਨਾਲ ਆਜ਼ਾਦੀ ਆਈ ਉਹਨਾਂ ਨੂੰ ਪੈਸੇ ਦੇ ਨਾਲ ਸੈਲਫ ਕੰਫੀਡੈਂਸ ਆਇਆ ਪੈਸੇ ਦੇ ਨਾਲ ਉਹਨਾਂ ਨੂੰ ਇੱਕ ਉਹਨਾਂ ਦੀ ਅਕਲ ਵਧੀ ਉਹ ਉਹਨਾਂ ਦੇ ਸਕੂਲ ਦੇ ਵਿੱਚ ਸਮੋਸੇ ਚੰਗੇ ਮਿਲਦੇ ਸੀ ਉਹ ਬੜੇ ਆਨੰਦ ਨਾਲ ਖਾਂਦੇ ਸੀ ਪਰੰਤੂ ਉਹ ਉਹਨਾਂ ਪੈਸਿਆਂ ਦੇ ਖਾਂਦੇ ਸੀਗੇ ਜਿਹੜੇ ਪੈਸੇ ਉਹਨਾਂ ਨੇ ਆਪ ਕਮਾਏ ਹੁੰਦੇ ਸੀਗੇ ਤੇ ਇਹ ਟੰਗ ਜਿਹੜਾ ਹੈ ਉਹ ਵਰ ਤੋਂ ਬੱਚਿਆਂ ਨੂੰ ਘਰ ਦੇ ਨਿੱਕੇ ਨਿੱਕੇ ਕੰਮਾਂ ਦਾ ਹੀ ਰਹਿਣਾ ਉਹ ਲਾਓ ਉਹਨਾਂ ਨੂੰ ਉਜਰਤ ਦਿਓ ਹਾਂਜੀ ਇੱਕ ਆਦਮੀ ਸੀ ਬੱਚੇ ਜਿਹੜੇ ਸੀ ਨਾ ਉਹਦੇ ਘਰ ਨੂੰ ਵਟੇ ਮਾਰਦੇ ਸੀ ਤੇ ਉਸ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਬੁਲਾਇਆ ਕਹਿੰਦਾ ਤੁਸੀਂ ਵਟੇ ਮੇਰੇ ਮਕਾਨ ਨੂੰ ਨਾ ਮਾਰਿਆ ਕਰੋ ਇਹ ਟੋਆ ਹੈਗਾ ਇਹ ਵਟੇ ਜਿਹੜੇ ਆ ਨਾ ਇਹਦੇ ਵਿੱਚ ਸੁੱਟਿਆ ਕਰੋ ਇਹਦੇ ਵਿੱਚ ਹਰ ਵਟੇ ਦੇ ਮੈਥੋਂ ਨੂੰ 10 ਪੈਸੇ ਦੇਵਾਂਗਾ ਅੱਛਾ ਉਹ ਵਟੇ ਜਿਹੜੇ ਸੀ ਉਹ ਹਿਸਾਬ ਲਾ ਕੇ ਪੈਸੇ ਲੈਣ ਲੱਗ ਪਏ ਤੇ ਫਿਰ ਉਹਨੇ ਕੁਝ ਥਰ ਬਾਅਦ ਕਿਹਾ ਕਿ 10 ਪੈਸੇ ਤਾਂ ਨਹੀਂ ਮੈਂ ਦੇ ਸਕਦਾ ਮੈਂ ਤੁਹਾਨੂੰ 5 ਪੈਸੇ ਦੇਵਾਂਗਾ ਉਹ ਕਹਿੰਦੇ ਨਹੀਂ ਨਹੀਂ ਪਰੰਤੂ ਫਿਰ ਵੀ ਉਹ 5 ਪੈਸੇ ਦੇ ਵੀ ਵਟੇ ਸੁੱਟਦੇ ਰਹੇ ਕੁਝ ਦੇਰ ਬਾਅਦ ਉਸਨੇ ਕਿਹਾ ਕਿ ਮੇਰੇ ਕੋਲ ਤਾਂ ਪੈਸੇ ਮੁੱਕ ਗਏ ਆ ਹੁਣ ਮੈਂ ਤੁਹਾਨੂੰ ਪੈਸੇ ਨਹੀਂ ਦੇਵਾਂਗਾ ਬੱਚਿਆਂ ਨੇ ਵਟੇ ਸੁੱਟਣੇ ਵੀ ਬੰਦ ਕਰ ਦਿੱਤੇ ਹੁਣ ਹੋਇਆ ਕੀ ਉਹ ਵਟੇ ਮੁਫਤ ਮਾਰਦੇ ਸੀ ਸ਼ਰਾਰਤ ਸੀ ਇਹ ਉਹ ਤੋਂ ਬਾਅਦ ਉਹਨਾਂ ਨੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੂੰ ਪੈਸੇ ਮਿਲਣੇ ਬੰਦ ਹੋ ਗਏ ਉਹਨਾਂ ਨੇ ਵਟੇ ਮਾਰਨੇ ਵੀ ਬੰਦ ਕਰ ਦਿੱਤੇ ਵਟੇ ਸੁੱਟਣੇ ਵੀ ਬੰਦ ਕਰ ਦਿੱਤੇ ਸੋ ਹਰ ਚੀਜ਼ ਦਾ ਜਿਹੜਾ ਨਾ ਉਹ ਬਾਰਗੇਨ ਕਰੋ ਸੌਦਾ ਕਰੋ ਉਸ ਦੇ ਨਾਲ ਸਾਰਾ ਕੁਝ ਜਿਹੜਾ ਨਾ ਠੀਕ ਹੋਏਗਾ ਉਹਦੇ ਨਾਲ ਉਹਨਾਂ ਦੇ ਵਿੱਚ ਇੱਕ ਕੰਫੀਡੈਂਸ ਆਏਗਾ ਕਈ ਬੱਚੇ ਕਹਿੰਦੇ ਹੈਗੇ ਕਿ ਮੈਨੂੰ ਮੋਟਰਸਾਈਕਲ ਦੇ ਦਿਓ ਜਾਂ ਇੱਕ ਆਰਥ ਦੇ ਦਿਓ ਉਹ ਕਰਦੇ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਜਿਹੜਾ ਹੈ ਨਾ ਉਸ ਨੂੰ ਗਿਣੋ ਉਹ ਯੋਗਦਾਨ ਉਹਨਾਂ ਦਾ ਪਾਓ ਮੇਰਾ ਲੜਕਾ ਸੀਗਾ ਉਸ ਨੂੰ ਉਹਨੇ ਮੈਨੂੰ ਕਿਹਾ ਕਿ ਮੈਨੂੰ ਮੋਟਰਸਾਈਕਲ ਦੇ ਮੈਂ ਕਿਹਾ ਮੋਟਰਸਾਈਕਲ ਦੇ ਕੇ ਜੇ ਤੂੰ ਉੱਥੇ ਦਾਖਲਾ ਲੈ ਲੇਂਗਾ ਤਾਂ ਮੈਂ ਤੈਨੂੰ ਮੋਟਰਸਾਈਕਲ ਲੈ ਦੇਵਾਂਗਾ ਉੱਥੇ ਉਹਦਾ ਦਾਖਲਾ ਹੋ ਗਿਆ ਮੈਂ ਕਹਾਂ ਮੈਂ ਤੈਨੂੰ ਪੈਸੇ ਜਮ੍ਹਾਂ ਕਰਵਾ ਦਿੰਨਾ ਪਰੰਤੂ ਲਈ ਉਦੋਂ ਜਦੋਂ ਇਹ ਕੰਪਲੀਟ ਹੋ ਜਾਏਗਾ ਉਹਨੂੰ ਮੈਂ ਪੈਸੇ ਉਹਦੇ ਜਮ੍ਹਾਂ ਕਰਵਾ ਦਿੱਤੇ ਜਿਨ੍ਹਾਂ ਦਾ ਮੋਟਰਸਾਈਕਲ ਆਉਂਦਾ ਸੀਗਾ ਤੇ ਭਈ ਇਹ ਤੇਰੇ ਉਸ ਤੋਂ ਬਾਅਦ ਉਹ ਪੁੱਛ ਲਿਆ ਕਿ ਮੈਨੂੰ ਮੋਟਰਸਾਈਕਲ ਚਾਹੀਦਾ ਹੈ ਕਿਉਂਕਿ ਹਸਪਤਾਲ ਵਿੱਚ ਰਹਿੰਦਾ ਸੀ ਦਿੱਲੀ ਦੇ ਵਿੱਚ ਤੇ ਉੱਥੇ ਪੈਦਲ ਹੀ ਲੋਕ ਜਾਂਦੇ ਸੀ ਪੈਦਲ ਹੀ ਆਉਂਦੇ ਸੀ ਵਿਦਿਆਰਥੀ ਜਿਹੜੇ ਸੀ ਸੋ ਪੈਸੇ ਦੇਣ ਦੇ ਨਾਲ ਉਸ ਦੀ ਸੋਚ ਦਾ ਪੱਧਰ ਉੱਚਾ ਹੋ ਜਾਂਦਾ ਹੈ ਉਹ ਸੋਚ ਦਾ ਪੱਧਰ ਜਿਹੜਾ ਉੱਚਾ ਹੈ ਨਾ ਉਹਦੇ ਵਿੱਚ ਉਹਦੀ ਇਮੇਜਿਨੇਸ਼ਨ ਜਾਗ ਪੈਂਦੀ ਹੈਗੀ ਜੇ ਕਿਸੇ ਕੋਲ 50000 ਰੁਪਇਆ ਹੋਵੇ ਜਿਸ ਨੂੰ ਉਹ ਆਪਣੀ ਮਰਜ਼ੀ ਨਾਲ ਖਰਚ ਕਰ ਸਕਦਾ ਹੈ ਉਹਦੀ ਇਮੇਜਿਨੇਸ਼ਨ ਜਿਹੜੀ ਆ ਪੈਦਾ ਹੋ ਜਾਏਗੀ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹਦੇ ਵੱਸ ਵਿੱਚ ਆ ਜਾਣਗੀਆਂ ਵੀ ਇਹ ਵੀ ਮੈਂ ਖਰੀਦ ਸਕਦਾ ਐ ਵੀ ਖਰੀਦ ਸਕਦਾ ਐ ਵੀ ਖਰੀਦ ਸਕਦਾ ਸੋ ਉਸ ਦਾ ਵਿਹਾਰ ਬਦਲ ਗਿਆ ਪੈਸਾ ਤੁਹਾਡਾ ਵਿਹਾਰ ਬਦਲ ਦਿੰਦਾ ਹੈਗਾ ਪਰੰਤੂ ਉਹ ਪੈਸਾ ਜਿਹੜਾ ਤੁਸੀਂ ਆਪ ਕਮਾਉਂਦੇ ਹੋ ਇਕ ਆਦਮੀ ਸੀ ਉਹ 40 ਸਾਲ ਦੀ ਉਮਰ ਦੇ ਵਿੱਚ ਉਸ ਨੇ ਪਹਿਲੀ ਵਾਰੀ ਕਾਰ ਖਰੀਦੀ ਹਾਂਜੀ ਉਸ ਤੋਂ ਪਹਿਲਾਂ ਸਾਈਕਲ ਤੇ ਜਾਂਦਾ ਸੀਗਾ ਹੂੰ ਤੇ ਉਹ ਨੇ ਇੱਕ ਕਾਰਖਾਨਾ ਲਾਇਆ ਉਹਦੇ ਵਿੱਚੋਂ ਕਾਰਖਾਨਾ ਚੱਲ ਪਿਆ ਚੀਜ਼ਾਂ ਬਣਨ ਲੱਗ ਪਈਆਂ ਉਹਦੀ ਆਮਦਨ ਵਧ ਗਈ ਉਸ ਦਾ ਪੁੱਤਰ ਕਹਿੰਦਾ ਇੱਕ ਦਿਨ ਉਹਨੂੰ ਕਿ 22 ਸਾਲ ਦਾ ਪੁੱਤਰ ਕਹਿੰਦਾ ਪਾਪਾ ਮੈਂ ਮਰਸੀਡੀਜ਼ ਕਾਰ ਲੈ ਲਵਾਂ ਕਹਿੰਦਾ ਹਾਂ ਜ਼ਰੂਰ ਲੈ ਆਪਣੇ ਪੈਸਿਆਂ ਦੀ ਲੈ ਬਿਲਕੁਲ ਆਪਣੇ ਪੈਸਿਆਂ ਦੀ ਲੈ ਹੂੰ ਸੋ ਉਹਨੇ ਪ੍ਰਮਾਨਗੇ ਦੇ ਦਿੱਤੇ ਪਰੰਤੂ ਨਾਲ ਉਹਨੂੰ ਅਕਲ ਵੀ ਦੇ ਦਿੱਤੀ ਬਈ ਹੁਣ ਨਾਲ ਕਿਹਾ ਕਿ ਮੈਂ 40 ਸਾਲ ਦੀ ਉਮਰ ਦੇ ਵਿੱਚ ਪਹਿਲੀ ਕਾਰ ਖਰੀਦੀ ਸੀ 40 ਸਾਲ ਮੈਂ ਸਾਈਕਲ ਤੇ guzari ਸੀ ਸੋ ਪੈਸੇ ਨਾਲ ਸੋਝੀ ਆਉਂਦੀ ਹੈਗੀ ਬੱਚਿਆਂ ਨੂੰ ਪੈਸੇ ਦੀ ਕੀਮਤ ਦੱਸੋ ਉਹਨਾਂ ਨੂੰ ਦੱਸੋ ਕਿ ਪੈਸੇ ਐਵੇਂ ਨਹੀਂ ਮਿਲਦੇ ਹੈਗੇ ਪੈਸੇ ਕਮਾਉਣੇ ਪੈਂਦੇ ਹੈਗੇ ਹੁਣ ਆਪਾਂ ਆਉਣੇ ਆ ਕਿ ਬਚਤ ਵਾਲੇ ਪਾਸੇ ਹਾਂਜੀ ਇਹ ਤਾਂ ਇੱਕ ਸੈਲਰੀ ਹੈ ਘਰ ਦੇ ਵਿੱਚ ਉਸ ਦਾ ਜੇਕਰ ਤੁਸੀਂ 10% ਬਚਾਓ ਤਾਂ ਬਚਾਇਆ ਜਾ ਸਕਦਾ ਹੈ ਹੂੰ ਜੇਕਰ ਬੱਚੇ ਛੋਟੇ ਹਨ ਨਾ ਮੈਂ ਆਪਣੇ ਆਪਣੇ ਕੱਪੜੇ ਜਿਹੜੇ ਸੀਗੇ ਉਹ ਛੋਟੇ ਕਰਵਾ ਕੇ ਬੱਚਿਆਂ ਦੇ ਬਣਾਉਂਦਾ ਰਿਹਾ ਮੇਰੀ ਵਾਈਫ ਦੇ ਕੱਪੜੇ ਜਿਹੜੇ ਆ ਉਹ ਛੋਟੇ ਕਰਵਾ ਕੇ ਡਾਕਟਰ ਦੇ ਬਣਦੇ ਰਹੇ ਹੈਗੇ ਉਹਨਾਂ ਨੇ ਕਦੇ ਇਤਰਾਜ਼ ਨਹੀਂ ਕੀਤਾ ਹੂੰ ਉਹ ਪਾਲਦੇ ਸੀ ਪਰੰਤੂ ਇਹ ਮੈਨੂੰ ਪਤਾ ਸੀ ਕਿ ਸਕੂਲ ਦੇ ਪੜ੍ਹਾਈ ਤੋਂ ਬਾਅਦ ਇਹ ਕੱਪੜੇ ਨਹੀਂ ਪਾਉਣਗੇ ਬਿਲਕੁਲ ਹਾਂ ਉਹਨਾਂ ਦੇ ਸਕੂਲ ਦੇ ਪੜ੍ਹਾਈ ਤੋਂ ਬਾਅਦ ਉਹਨਾਂ ਦੀਆਂ ਵਰਤੀਆਂ ਹੋਈਆਂ ਸੀ ਜਿਹੜਾ ਮੈਂ ਵਰਤਦਾ ਰਿਹਾ ਹਾਂ ਹਾਂ ਉਹਦੇ ਪੈਂਟ ਜਿਹੜੇ ਸੀ ਉਹ ਮੈਂ ਲੰਬੇ ਹੁੰਦੇ ਸੀਗੇ ਮੈਂ ਠੀਕ ਕਰਵਾ ਕੇ ਪਾਉਂਦਾ ਰਹਿੰਦਾ ਸੀ ਹਾਂ ਸੋ ਡਿਪੈਂਡ ਕਰਦਾ ਹੈ ਕਰਦੀ ਹਾਲਤ ਕੀ ਹੈਗੀ ਹੈ ਬੱਚੇ ਛੋਟੇ ਹਨ ਉਹ ਤੁਹਾਡੇ ਕਹਿੇ ਵਿੱਚ ਆਉਣਗੇ ਤੁਹਾਡੇ ਚਾਹੇ ਅਨਸਾਰ ਕਿਉਂਕਿ ਬੱਚਿਆਂ ਦੀ دلچਸਪੀ ਜਿਹੜੀ ਹੈ ਨਾ ਉਹ ਖਾਣ ਪੀਣ ਦੇ ਵਿੱਚ ਹੁੰਦੀ ਹੈ। ਉਹਨਾਂ ਨੂੰ ਚੰਗਾ ਭੋਜਨ ਚਾਹੀਦਾ ਹੈ। ਚੰਗੇ ਸਵਾਦ ਚੀਜ਼ਾਂ ਚਾਹੀਦੀਆਂ ਹੈਗੀਆਂ। ਜੇ ਤੁਸੀਂ ਘਰ ਬਣਾਉਨੇ ਹੋ ਤਾਂ ਉਹਦੇ ਵਰਗੀ ਮੋਜ ਨਹੀਂ ਹੈ। ਹਮਮ। ਘਰ ਨਾ ਵੀ ਬਣਾਉਂਦੇ ਹੋ, ਘਰ ਲਿਆ ਕੇ ਖਾਓ। ਹਮਮ। ਘਰ ਲਿਆ ਕੇ ਖਾਓ। ਤੇ ਇੱਕ ਹੋ ਟੈਂਕ ਵਰਤਿਆ ਜਾ ਸਕਦਾ ਹੈ। ਜੋ ਵੀ ਖਾਓ ਡਾਈਨਿੰਗ ਟੇਬਲ ਤੇ ਬੈਠ ਕੇ ਖਾਓ। ਹਮਮ। ਡਾਈਨਿੰਗ ਟੇਬਲ ਤੇ ਬੈਠ ਕੇ ਖਾਣ ਨਾਲ ਇੱਕ ਡਿਸਪਲਿਨ ਆਉਂਦਾ ਹੈਗਾ। ਉਸ ਦੇ ਨਾਲ ਕੀ ਹੁੰਦਾ ਹੈ ਕਿ ਪੈਸੇ ਵੀ ਜਿਹੜੇ ਹੈ ਨਾ ਉਹ ਵੀ ਤੁਹਾਨੂੰ ਮਾਪ ਤੋਲ ਕੇ ਖਰਚਣ ਦੀ ਆਦਤ ਪੈ ਜਾਂਦੀ ਹੈਗੀ। ਹਮਮ ਬੱਚਿਆਂ ਨੂੰ ਉਹਨਾਂ ਦੀਆਂ ਲੋੜਾਂ ਅਨੁਸਾਰ ਆਪਣੀ ਮਰਜ਼ੀ ਨਾਲ ਖਰਚਣ ਵਾਸਤੇ ਪੈਸੇ ਦਿਓ। ਹਮਮ ਮੈਨੂੰ ਜਿਆਦਾ ਇੱਕ ਸਟੇਸ਼ਨਰੀ ਦੀ ਦੁਕਾਨ ਤੇ ਇੱਕ ਪੈੰਡੂ ਹੋਰ ਸੀ ਕਿ ਉਹ ਆਈ ਉਸਨੇ ਕਾਪੀ ਮੰਗੀ। ਇਹ ਮੇਰੇ ਮੇਰਾ ਪੋਤਾ ਪੜਦਾ ਹੈਗਾ। ਤੇ ਦੁਕਾਨਦਾਰ ਨੇ ਪੁੱਛਿਆ ਵੀ ਲਾਈਨਾਂ ਵਾਲੀ ਚਾਹੀਦੀ ਹੈ ਕਿ ਦੂਜੀ ਚਾਹੀਦੀ ਹੈ। ਹਮਮ ਉਸਨੇ ਕਿਹਾ ਜਿਹੜੀ ਮਰਜ਼ੀ ਦੇ ਦੇ ਉਹਨੇ ਕਿਹਾ ਜਿਲਦ ਵਾਲੇ ਚਾਹੀਦੇ ਹੈ ਕਿ ਦੂਜੀ ਚਾਹੀਦੀ ਹੈ ਉਹਨੂੰ ਨਹੀਂ ਮੈਂ ਉਹਨੂੰ ਬੇਬੇ ਤੂੰ ਕਿਹਦੇ ਵਾਸਤੇ ਚਾਹੀਦੀ ਹੈ ਕਹਿੰਦਾ ਮੇਰੇ ਪੋਤੇ ਵਾਸਤੇ ਚਾਹੀਦੀ ਹੈ ਮੈਂ ਕਿਹਾ ਜਿਹੜੇ ਪੋਤੇ ਨੇ ਵਰਤਣੇ ਹੈ ਨਾ ਉਸ ਨੂੰ ਖਰੀਦ ਲੰਦੇ ਤੂੰ ਭਾਵੇਂ ਉਹਦੇ ਨਾਲ ਆ ਜਾ ਪਰੰਤੂ ਉਸ ਨੂੰ ਫੈਸਲਾ ਕਰਨ ਦੇ ਹੂੰ ਮੈਨੂੰ ਯਾਦ ਹੈ ਜਦੋਂ ਬੱਚਿਆਂ ਦੀ ਕਲਾਸ ਬਦਲਦੀ ਸੀ ਨਾ ਬਦਲ ਸੀ ਉਹਨਾਂ ਨੂੰ ਮੈਂ ਨਾਲ ਲੈ ਜਾਂਦਾ ਸੀ ਤੇ ਉਹਨਾਂ ਨੂੰ ਕਹਿੰਦਾ ਸੀ ਜੋ ਤੁਹਾਨੂੰ ਚਾਹੀਦਾ ਹੈ ਨਾ ਇੱਥੋਂ ਲੈ ਲਓ ਹੂੰ ਹਿਸਾਬ ਮੈਂ ਕਰ ਦਿਆਂਗਾ ਜੇ ਤੁਸੀਂ ਬੱਚੇ ਨੂੰ ਉਹਦੀ ਲੋੜ ਅਨਸਾਰ ਉਹਦੀ ਇੱਛਾ ਅਨਸਾਰ ਚੀਜ਼ ਨਹੀਂ ਖਰੀਦਣ ਦਿਓਗੇ ਉਹ ਉਸ ਚੀਜ਼ ਦੇ ਨਾਲ ਉਹਦੀ ਤਸੱਲੀ ਨਹੀਂ ਹੋਏਗੀ ਜਿਵੇਂ ਆਪਾਂ ਲੈਣਾ ਹੋਵੇ ਨੀਲਾ ਸੂਟ ਤੇ ਕੋਈ ਸਾਨੂੰ ਕਹੇ ਜਿਵੇਂ ਪੀਲਾ ਲੈ ਲਓ ਉਹ ਪੀਲਾ ਅਸੀਂ ਰੱਖ ਲਵਾਂਗੇ ਪਰੰਤੂ ਖਰੀਦਾਂਗੇ ਬਾਅਦ ਵਿੱਚ ਨੀਲਾ ਜ਼ਰੂਰ ਖਰੀਦਾਂਗੇ ਬਿਲਕੁਲ ਸੋ ਇਹਦਾ ਮਤਲਬ ਕੀ ਹੈਗਾ ਪੈਸੇ ਦੇ ਨਾਲ ਮਰਜ਼ੀ ਪੈਦਾ ਹੁੰਦੀ ਹੈ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਨੂੰ ਮਰਜ਼ੀ ਕਰਨ ਦਾ ਪੂਰਾ ਅਧਿਕਾਰ ਹੈ ਹਾਂ ਜੀ ਜਿਸ ਕੋਲ ਪੈਸੇ ਹਨ ਉਸ ਨੂੰ ਪੈਸੇ ਖਰਚਣ ਦਾ ਪਹਿਲਾ ਅਧਿਕਾਰ ਹੈ ਆਪਣੀ ਮਰਜ਼ੀ ਨਾਲ ਪੈਸੇ ਖਰਚਣ ਦਾ ਅਧਿਕਾਰ ਹੈ ਸੋ ਇਸ ਟੰਗ ਦੇ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਆਪਣੀ ਮਰਜ਼ੀ ਕਰਨ ਦਿਓ ਹਾਂ ਜੀ ਸੋ ਉਸ ਦੇ ਨਾਲ ਕੀ ਹੋਏਗਾ ਕਿ ਉਹਨਾਂ ਦੇ ਵਿੱਚ ਇੱਕ ਵਾਰੀ ਚੀਜ਼ ਖਰੀਦੀ ਹੋਈ ਜਿਹਦੀ ਨਾ ਤਸੱਲੀ ਹੋ ਜਾਂਦੀ ਹੈਗੀ ਉਹਨਾਂ ਦੀ ਨਹੀਂ ਤਾਂ ਉਹ ਉਸ ਚੀਜ਼ ਨੂੰ ਦੋ ਤਿੰਨ ਵਾਰੀ ਖਰੀਦਣਗੇ ਤੁਹਾਡੀ ਖਰੀਦੀ ہوئی ਪਸੰਦ ਨਹੀਂ ਕਰਨਗੇ ਤੁਸੀਂ ਉਹਨਾਂ ਨੂੰ ਲਿਬਰਟੀ ਦਿਓ ਤੁਸੀਂ ਕਦੇ ਦੇਖਿਆ ਮਾਂ ਜਿਹੜੀ ਹੈ ਨਾ ਉਹ ਬੱਚਾ ਜਿਹੜਾ ਜਾ ਰਿਹਾ ਹੁੰਦਾ ਉਹ ਆਪਣੀ ਨਜ਼ਰ ਨਾਲ ਬੱਚੇ ਨੂੰ ਕੰਟਰੋਲ ਕਰਦੀ ਹੈ ਉਹ ਰੋਕਦੀ ਨਹੀਂ ਉਸ ਨੂੰ ਹਮ ਆਪਣੇ ਨਜ਼ਰ ਦੇ ਨਾਲ ਉਸ ਉੱਤੇ ਕੰਟਰੋਲ ਕਰਦੀ ਹੈ ਵੀ ਬੱਚਾ ਇੰਨੀ ਦੂਰ ਤੱਕ ਜਾ ਸਕਦਾ ਉਸ ਤੋਂ ਬਾਅਦ ਮੈਂ ਅਹ ਧਿਆਨ ਰੱਖਾਂਗੇ ਜੇ ਉਹਨੂੰ ਜਾ ਕੇ ਫੜ ਕੇ ਲੈ ਆਵਾਂਗੇ ਯੂਰਪ ਦੇ ਵਿੱਚ ਇਹ ਹੈ ਕਿ ਬੀਚ ਹੈ ਨਾ ਜਿਹੜੀ ਉਹਦੇ ਤੇ ਬੱਚਾ ਜਿਹੜਾ ਨਾ ਜਾ ਰਿਹਾ ਪਾਣੀ ਵਾਲੇ ਪਾਸੇ ਮਾਂ ਜਿਹੜੀ ਉਹਨੂੰ ਰੋਕ ਐ ਕਿ ਨਹੀਂ ਉਹਨੂੰ ਆਜ਼ਾਦੀ ਹੈ ਜਾਣ ਦੀ ਹਮ ਬੱਚਾ ਜਾਣ ਦੇ ਨਾਲ ਸਿੱਖਦਾ ਕਿ ਮੈਂ ਕਿੱਥੇ ਤੱਕ ਜਾ ਸਕਦਾ ਹਮ ਬੱਚਾ ਖੇਡਣ ਦੇ ਨਾਲ ਸਿੱਖਦਾ ਕਿ ਮੈਂ ਕਿੰਨੀ ਦੂਰ ਤੱਕ ਕਿੰਨੀ ਕਿੰਨੇ ਕਿੰਨੀ ਕਿਸ ਉਹ ਖਰਾਰਤ ਕਰ ਸਕਦਾ ਹਾਂ ਮਤਲਬ ਜੇ ਰੋ ਬਜ਼ੁਰਗ ਕੋ ਛਾੜਦੇ ਆ ਬੱਚੇ ਨੂੰ ਉਹਨੂੰ ਪਤਾ ਹੁੰਦਾ ਵੀ ਇਹ ਲਿਮਟ ਹੈ ਇਸ ਲਿਮਟ ਤੱਕ ਮੈਂ ਰਹਿਣਾ ਹੈਗਾ ਸੋ ਇਸ ਤਰ੍ਹਾਂ 10% ਇੱਕ ਸੈਲਰੀ ਦਾ ਜੇਕਰ ਦੋ ਸੈਲਰੀਜ਼ ਕਰਦੇ ਵਿੱਚ ਆਉਂਦੀਆਂ ਹਨ ਤਾਂ ਇੱਕ ਸੈਲਰੀ ਦਾ 50% ਬੜੇ ਆਰਾਮ ਨਾਲ ਬਚਾਇਆ ਜਾ ਸਕਦਾ ਹੈ ਬਚਾਉਣਾ ਚਾਹੀਦਾ ਮੇਰੀ ਇਹ ਧਾਰਨਾ ਹੈ ਕਿ ਜੇਕਰ ਉਸੇ ਕੋਈ ਰਾਸ਼ੀ ਕੋਈ ਅਮਾਉਂਟ 7 ਸਾਲ ਲਗਾਤਾਰ ਬਚਾਓ ਅਤੇ ਉਸ ਦੇ ਵਿੱਚੋਂ ਕੋਈ ਖਰਚ ਨਾ ਕਰੋ ਮੈਂ ਗਾਰੰਟੀ ਦਿੰਦਾ ਕਿ ਬਾਕੀ ਦੀ ਰਹਿਣ ਦੀ ਜ਼ਿੰਦਗੀ ਤੁਹਾਨੂੰ ਪੈਸੇ ਦੀ ਘਾਟ ਨਹੀਂ ਆਏਗੀ ਹਮ ਕਿਉਂ ਨਹੀਂ ਆਏਗੀ ਤੁਹਾਨੂੰ ਪੈਸੇ ਬਚਾਉਣ ਦੀ ਆਦਤ ਪੈ ਜਾਏਗੀ ਬਿਲਕੁਲ ਜੇਕਰ ਤੁਹਾਡੇ ਕੋਲ 3 ਲੱਖ ਰੁਪਏ ਇਕੱਠਾ ਹੋ ਗਿਆ ਮਿਸਾਲ ਦੇ ਤੌਰ ਤੇ ਹਮ ਤੁਸੀਂ ਕਿਸੇ ਚੀਜ਼ ਤੇ ਖਰਚ ਕਰਨਾ ਬੱਚੇ ਨੂੰ ਕੋਈ ਵਹੀਕਲ ਲੈ ਕੇ ਦੇਣਾ ਜਾਂ ਕੁਝ ਕਰਨਾ ਉਹਦੇ ਵਿੱਚੋਂ ਖਰਚ ਕਰ ਲਓ ਕਿਉਂਕਿ ਤੁਹਾਡੇ ਕੋਲ 3 ਲੱਖ ਦੀ ਬੱਚਤ ਕਰਨ ਦੀ ਸਮਰੱਥਾ ਪੈਦਾ ਹੋ ਗਈ ਹੈ 6 ਮਹੀਨੇ ਦੇ ਵਿੱਚ ਫਿਰ ਉਹ ਅਮਾਉਂਟ 3 ਲੱਖ ਹੋ ਜਾਏਗੀ ਕਿਧਰੋਂ ਨਾ ਕਿਧਰੋਂ ਪੈਸੇ ਆ ਜਾਣਗੇ ਕਿਉਂਕਿ ਤੁਹਾਡੇ ਕੋਲ 3 ਲੱਖ ਰੁਪਏ ਰੱਖਣ ਦੀ ਸਮਰੱਥਾ ਆ ਗਈ ਹੈ ਇਹ ਹੁੰਦਾ ਹੁੰਦਾ ਹੈ ਉਸ ਦੇ ਨਾਲ 3 ਲੱਖ ਦਾ ਖਰਚਾ ਜਿਹੜਾ ਨਾ ਕਰਨ ਦੀ ਸਮਰਥਾ ਆ ਜਾਂਦੀ ਹੈ ਤਾਂ ਤੁਹਾਡੀ ਇਮੇਜਿਨੇਸ਼ਨ ਵੱਧ ਜਾਂਦੀ ਹੈ ਜਿਸ ਆਦਮੀ ਦੇ ਕੋਲ ਸਾਈਕਲ ਹੈ ਉਹ ਆਪਣੇ ਧੀ ਦਾ ਪੁੱਤਰ ਦਾ ਵਿਆਹ ਬੰਬਈ ਕਰਨ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਉਹਦੇ ਪਹੁੰਚ ਨਹੀਂ ਹੈ ਉੱਥੇ ਤੇ ਪੈਸਾ ਸਾਨੂੰ ਇਮੇਜਿਨੇਸ਼ਨ ਦਿੰਦਾ ਹੈ ਪੈਸੇ ਦੇ ਨਾਲ ਅਸੀਂ ਕਿੰਨੀ ਦੂਰ ਤੱਕ ਸੋਚ ਸਕਦੇ ਹਾਂ ਤੁਹਾਡਾ ਪਰਸ ਦੱਸੇਗਾ ਕਿ ਤੁਸੀਂ ਬਾਜ਼ਾਰ ਦੇ ਵਿੱਚ ਕਿੱਥੋਂ ਤੱਕ ਜਾਣਾ ਹੈ ਤੁਹਾਡਾ ਪਰਸ ਦੱਸੇਗਾ ਕਿ ਤੁਸੀਂ ਕੋਈ ਚੀਜ਼ ਖਰੀਦਣੀ ਹੈ ਕਿੰਨੇ ਖਰੀਦਣੀਆਂ ਇਥੋਂ ਤੱਕ ਕੇ ਤੁਹਾਡਾ ਪਰਸ ਦੱਸੇਗਾ ਤੁਸੀਂ ਕਿਹੜੀ ਦੁਕਾਨ ਵਿੱਚ ਜਾਣਾ ਹੈ ਤੇ ਕਿਹੜੀ ਵਿੱਚ ਨਹੀਂ ਜਾਣਾ ਸੋ ਜੇਕਰ ਦੋ ਸੈਲਰੀਜ਼ ਹਨ ਤਾਂ 50% ਇੱਕ ਦਾ ਜਿਹੜਾ ਨਾ ਬਚਾਓ ਲਗਾਤਾਰ ਬਚਾਓ ਉਸ ਪੈਸੇ ਨੂੰ ਸੇਕ੍ਰਟ ਸਮਝੋ ਪਹਿਲਾਂ ਬੁਗੜੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਬੱਚਿਆਂ ਨੂੰ ਪੈਸੇ ਪਾਉਣ ਦੇ ਦਿੰਦੇ ਸੀਗੇ ਉਹ ਠੀਕ ਤਰੀਕਾ ਤਾਂ ਇਹ ਹੁੰਦਾ ਹੈਗਾ ਕਿ ਬੱਚਾ ਜਿਹੜਾ ਹੈਗਾ ਮੈਂ ਆਪਣੇ ਬੱਚਿਆਂ ਨੂੰ ਪੈਸੇ ਦਿੰਦਾ ਸੀ ਨਾ ਤੇ ਮੈਂ ਉਹਨੂੰ ਮਾਲੇ ਕਹਿੰਦਾ ਸੀ ਜਿੰਨੇ ਵਿਚਾ ਲਵੋਗੇ ਨਾ ਉਹਨੇ ਮੈਂ ਉਹਦੇ ਵਿੱਚ ਹੋਰ ਪਾਵਾਂਗਾ ਹਾਂ ਅੱਛਾ ਬੱਚੇ ਦੇ ਵਿੱਚ ਨਾ ਫਿਰ ਪੈਸੇ ਇਕੱਠੇ ਕਰਨ ਦੀ ਆਦਤ ਪੈ ਜਾਂਦੀ ਹੈਗੀ ਉਹਦੇ ਵਿੱਚ ਉਹਨੂੰ ਦੁੱਗਣੇ ਕਰਨ ਦੀ ਆਦਤ ਪੈ ਜਾਂਦੀ ਹੈ ਹਾਂ ਜੁਆਰੀ ਆ ਕੀ ਕਰਦਾ ਹੈਗਾ ਜੁਆਰੀਆਂ ਦੀਆਂ ਦੋ ਆਪਤਾ ਹੁੰਦੀਆਂ ਇੱਕ ਤਾਂ ਇਹ ਹੁੰਦੀ ਹੈ ਕਿ ਜਿਹੜੇ ਪੈਸੇ ਮੈਂ ਹਾਰੇ ਆ ਉਹ ਮੈਂ ਜਿੱਤ ਲਵਾਂ ਹਾਂ ਇਸ ਕਰਕੇ ਉਹ ਖੇਡਦਾ ਰਹਿੰਦਾ ਹੈ ਤੇ ਜਿਹੜੇ ਉਹਨੇ ਜਿੱਤੇ ਹੁੰਦੇ ਆ ਉਹ ਇਸ ਕਰਕੇ ਖੇਡਦਾ ਰਹਿੰਦਾ ਕਿ ਇਹਨਾਂ ਨੂੰ ਮੈਂ ਹੁਣ ਡਬਲ ਕਰ ਲਵਾਂ ਹੂੰ ਤਾਂ ਵੀ ਉਹ ਸਾਰੇ ਰੋੜ ਜਾਂਦੇ ਆ ਉਹਦੇ ਪਰੰਤੋ ਉਹਦੀ ਇੱਛਾ ਇਹ ਹੁੰਦੀ ਹੈਗੀ ਸੋ ਬੱਚੇ ਦੇ ਵਿੱਚ ਨਾ ਬਚਤ ਕਰਨ ਦੀ ਆਦਤ ਪਾਓ ਮੈਂ ਤਾਂ ਇਹ ਤਾਂ ਨਹੀਂ ਕਹਾਂਗਾ ਬੱਚੇ ਨੂੰ ਬਾਣੀਆਂ ਬਣਾਓ ਉਹ ਜਿਹੜਾ ਨਾ ਪੈਸੇ ਦੇ ਮਹੱਤਵ ਨੂੰ ਸਮਝੇ ਬਾਣੀਆਂ ਹੋਰ ਕੋਈ ਸਮਝੇ ਨਾ ਸਮਝੇ ਪੈਸੇ ਦਾ ਮਤਲਬ ਸਮਝਦਾ ਹੈ ਉਹ ਪੈਸੇ ਦਾ ਮਹੱਤਵ ਸਮਝਦਾ ਹੈਗਾ ਹੂੰ ਉਸ ਦੇ ਵਿੱਚ ਵੱਡੇ ਫੈਸਲੇ ਕਰਨ ਦੀ ਯੋਗਤਾ ਹੁੰਦੀ ਹੈਗੀ ਸੋ ਨਵਾਂ ਸਰੋਤ ਪੈਦਾ ਕਰੋ ਤੁਹਾਡੇ ਜਦੋਂ ਪੈਸੇ ਜਮ੍ਹਾਂ ਹੋ ਜਾਣਗੇ ਜਿਹੜੇ 3 ਲੱਖ ਰੁਪਏ ਸੁਪੋਜ਼ ਕਰੋ ਤੁਹਾਡਾ ਬੈਂਕ ਵਿੱਚ ਜਮ੍ਹਾਂ ਹੈ ਉਸ 3 ਲੱਖ ਦੀ ਆਮਦਨ ਹੋਣ ਲੱਗ ਜਾਈਏ ਸਾਡੇ ਇੱਥੇ ਪ੍ਰੋਵੀਡੈਂਟ ਫੰਡ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਜਾਂਦੇ ਸੀ ਉਹਨਾਂ ਉੱਤੇ ਸਾਨੂੰ ਰਾਇਤ ਮਿਲਦੀ ਸੀ ਇੱਕ ਵਿਆਜ ਮਿਲਦਾ ਸੀ ਇੱਕ ਟਾਈਮ ਐਸਾ ਆ ਗਿਆ ਜਦੋਂ ਮੇਰੀ ਤਨਖਾਹ ਮੇਰੀ ਵਾਈਫ ਦੀ ਤਨਖਾਹ ਨਾਲੋਂ ਵੀ ਉਹ ਬਚਤ ਵਾਲਾ ਪੈਸਾ ਹੈ ਉਸ ਉੱਤੇ ਜਿਹੜਾ ਵਿਆਜ ਆਉਂਦਾ ਸੀ ਉਹ ਸਾਡੀ ਦੋਵਾਂ ਦੀ ਤਨਖਾਹ ਨਾਲੋਂ ਜ਼ਿਆਦਾ ਸੀ। ਅੱਛਾ ਜੀ। ਸੋ ਕਹਿਣ ਤੋਂ ਪਾਵੇਗਾ ਇੱਕ ਸਟੇਜ ਆਉਂਦੀ ਹੈ ਜਿੱਥੇ ਮਲਟੀਪਲੀਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਪੈਸੇ ਦੀ। ਹੂੰ। ਪਹਿਲਾ ਲੱਖ ਬਚਾਉਣਾ ਔਖਾ ਹੁੰਦਾ ਹੁੰਦਾ ਹੈ। ਫਿਰ ਪੈਸਾ ਪੈਸੇ ਨੂੰ ਬਚਾਈ ਜਾਂਦਾ। ਹੂੰ। ਲੋਕ ਕਹਿੰਦੇ ਪੈਸਾ ਪੈਸੇ ਨੂੰ ਖਿੱਚਦਾ। ਹਾਂ। ਖਿੱਚਦਾ। ਪੈਸਾ ਪੈਸੇ ਨੂੰ ਬਚਾਈ ਜਾਂਦਾ ਹੈਗਾ। ਉਹ ਕਾਰਨ ਇਹ ਹੈਗਾ ਕਿ ਤੁਸੀਂ ਪੈਸੇ ਦਾ ਮਹੱਤਵ ਸਮਝਣ ਲੱਗ ਪੈਂਦੇ ਹੋ। ਹਾਂ ਜੀ। ਤੁਹਾਨੂੰ ਪਤਾ ਲੱਗ ਜਾਂਦਾ ਇਸ ਚੀਜ਼ ਦਾ ਇਹ ਫਾਇਦਾ ਹੈਗਾ ਉਹਦੇ ਨਾਲ ਤੁਹਾਡੀ ਆਤਮਾ ਬਦਲ ਜਾਨੀ ਹੈ ਜੇ ਮੈਂ ਇਹ ਸਾਬਣ 5 ਕਿਲੋ ਲਵਾਂ ਤਾਂ ਮੈਨੂੰ 1 ਕਿਲੋ ਮੁਫਤ ਪੈਂਦਾ ਹੈਗਾ ਤੁਸੀਂ ਉਹਦੇ 4 ਕਿਲੋ ਜਿਹੜਾ ਵੱਖਰਾ ਵੱਖਰਾ ਕਰਕੇ ਲਓਗੇ ਤਾਂ ਉਹ ਤੁਹਾਨੂੰ 5 ਕਿਲੋ ਦੇ ਪੈਸੇ ਦੇਣੇ ਪੈਣਗੇ ਪਰ ਉਸ ਨਾਲ ਕੀ ਹੁੰਦਾ ਜਿਹੜੇ ਸਰਫਾ ਜਿਸ ਨੂੰ ਕਹਿੰਦੇ ਨਾ ਇਕਨੋਮਿਕਲ ਖਰਚ ਜਿਹੜਾ ਹੈਗਾ ਉਹ ਪੈਦਾ ਹੋ ਜਾਂਦਾ ਹੈਗਾ ਉਸ ਦੇ ਨਾਲ ਤੁਹਾਨੂੰ ਪੈਸੇ ਦੀ ਸਮਝ ਆਉਂਦੀ ਹੈ ਤੇ ਤੁਹਾਡੇ ਵਿੱਚ ਇੱਕ ਕੰਫੀਡੈਂਸ ਆਉਂਦਾ ਹੈ ਰਿਸ਼ਤੇਦਾਰੀ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਸਪੋਸ ਕਰ ਲੋ ਕੋਈ ਲਾਲ ਕਰਨੀ ਹੈ ਉਹਦੇ ਵਿੱਚ ਹਾਂ ਕਰਨੀ ਹੈ ਤੁਹਾਡੇ ਕੋਲ ਪੈਸੇ ਦਾ ਜ਼ੋਰ ਹੈਗਾ ਉਸ ਦੇ ਨਾਲ ਤੁਸੀਂ ਹਾਂ ਕਹਿ ਸਕੋਗੇ ਤੇ ਉਸ ਹਾਂ ਨੂੰ ਪੂਰਾ ਕਰ ਸਕੋਗੇ ਤੁਹਾਡੀ ਰੈਪਿਊਟੇਸ਼ਨ ਤੁਹਾਡੇ ਪੈਸੇ ਨਾਲ ਬਿਲਡ ਹੋਏਗੀ ਰੈਪਿਊਟੇਸ਼ਨ ਨੂੰ ਕੀ ਹੁੰਦੀ ਹੈ ਰੈਪਿਊਟੇਸ਼ਨ ਕੀ ਹੁੰਦੀ ਹੈ ਤੁਸੀਂ ਪ੍ਰੋਮਿਸ ਕੀਤਾ ਉਸ ਪਰੋਮਿਸ ਨੂੰ ਨਿਭਾਇਆ ਕਿਉਂਕਿ ਪਰੋਮਿਸ ਨਿਭਾਉਣ ਦੀ ਤੁਹਾਡੇ ਕੋਲ ਸ਼ਕਤੀ ਹੈ ਤੁਹਾਡੇ ਕੋਲ ਬਚਤ ਹੈ ਤੁਹਾਡੇ ਕੋਲ ਪੈਸਾ ਹੈ ਉਸ ਨਾਲ ਤੁਹਾਡੀ ਰੈਪਿਊਟੇਸ਼ਨ ਪੈਦਾ ਹੋਏ ਜਦੋਂ ਤੁਹਾਡੀ ਰੈਪਿਊਟੇਸ਼ਨ ਪੈਦਾ ਹੋ ਜਾਂਦੀ ਹੈ ਟਾਟਾ ਕੰਪਨੀ ਜਿਹੜੀ ਹੈ ਨਾ ਟਾਟਾ ਕੰਪਨੀ ਨੂੰ ਹਰ ਬੈਂਕ ਪੈਸੇ ਦੇਣ ਨੂੰ ਤਿਆਰ ਹੈ ਪਰੰਤੂ ਟਾਟਾ ਲੈਂਦਾ ਨਹੀਂ ਕਿਉਂ ਦੇਣ ਨੂੰ ਤਿਆਰ ਹੈ ਕਿਉਂਕਿ ਉਹਦੀ ਸਾਖ ਹੈ ਜਿਹੜੀ ਉਹਦੀ ਰੈਪਿਊਟੇਸ਼ਨ ਜਿਹੜੀ ਹੈ ਇਤਨੀ ਸਟਰੋਂਗ ਹੈ ਕਿ ਉਸ ਨੂੰ ਹਰ ਰਿਸ਼ਤੇਦਾਰ ਜਿਹੜਾ ਨਾ ਜੇ ਮੈਂ ਜੇ ਤੁਹਾਡੀ ਰੈਪਿਊਟੇਸ਼ਨ ਬਿਲਡ ਹੋਏਗੀ ਇੱਕ ਇਮਾਨਦਾਰ ਬੰਦੇ ਦੀ ਇੱਕ ਹੈਲਪਫੁਲ ਬੰਦੇ ਦੀ ਉਸ ਦੇ ਨਾਲ ਤੁਸੀਂ ਉਹ ਪੈਸਾ ਜਿਹੜਾ ਨਾ ਬਚਾਉਣ ਦੀ ਤੁਹਾਡੀ ਸਮਰੱਥਾ ਜਿਹੜੀ ਹੈ ਉਹ ਵੱਧ ਜਾਏਗੀ بڑے ਰਿਸ਼ਤੇਦਾਰ ਜਿਹੜੇ ਆ ਤੁਹਾਨੂੰ ਪੈਸਾ ਦੇਣ ਵਾਸਤੇ ਤਿਆਰ ਹੋਣਗੇ ਮੈਂ ਜਦੋਂ ਇਹ ਮਕਾਨ ਪਾਇਆ ਤਾਂ ਫੈਸਲਾ ਕੀਤਾ ਸੀ ਕਿਸੇ ਵੀ ਰਿਸ਼ਤੇਦਾਰ ਤੋਂ ਪੈਸਾ ਨਹੀਂ ਲੈਣਾ ਆਪਣੀ ਹਿੰਮਤ ਨਾਲ ਬਣਾਉਣਾ ਮੈਂ ਸਾਲ ਬਾਅਦ ਬਣਾ ਲਵਾਂਗਾ ਪਰੰਤੂ ਮੈਂ ਕਿਸੇ ਤੋਂ ਪੈਸਾ ਨਹੀਂ ਲਵਾਂਗਾ ਕਿਉਂਕਿ ਜੇ ਮੈਂ ਉਸ ਤੋਂ ਪੈਸਾ ਲਵਾਗਾ ਜਦੋਂ ਉਹ ਬਣਾਏਗਾ ਉਹ ਮੇਰੇ ਤੋਂ ਲਏਗਾ। ਹਮ ਮੇਰੇ ਇੱਕ ਰਿਸ਼ਤੇਦਾਰ ਔਰਤ ਨੇ ਮੈਨੂੰ ਪੁੱਛਿਆ ਕਿ ਅਸੀਂ ਮਕਾਨ ਪਾਵਾਂਗੇ ਤੂੰ ਸਾਡੀ ਕੀ ਮਦਦ ਕਰੇਗਾ? ਮੈਂ ਕਹੇ ਜਿੰਨੀ ਤੁਸੀਂ ਕੀਤੀ ਉਹ ਨਾਲ ਦੁੱਗਣੀ ਕਰਾਂਗਾ। ਕਹਿੰਦੀ ਅਸੀਂ ਤਾਂ ਕੀਤੀ ਨਹੀਂ। ਮੈਂ ਕਹਾ ਉਹਦੀ ਮੈਂ ਦੁੱਗਣੀ ਕਰ ਦਿਆਂ। ਹਾਂਜੀ ਆਪਣੇ ਪੈਰਾਂ ਤੇ ਖੜੇ ਹੋਵਾਂ। ਆਪ ਫੈਸਲੇ ਕਰੋ। ਜ਼ਿੰਦਗੀ ਵਿੱਚ ਮੈਂ ਮਾਣ ਨਾਲ ਕਹਿ ਸਕਦਾ ਕਦੇ ਕਿਸੇ ਨਾਲ ਪੈਸੇ ਦੀ heira-pheri, ਕਿਸੇ ਕਿਸੇ ਨਾਲ ਪੈਸੇ ਦੀ ਬੇਈਮਾਨੀ ਨਹੀਂ ਕੀਤੀ। ਲੋੜ ਨਹੀਂ ਪਈ ਹੈ ਕਿਸੇ ਤੋਂ ਉਧਾਰ ਲੈਣ ਦੀ ਲੋੜ ਨਹੀਂ ਪਈ ਹੈ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਈ ਹੈ ਤਾਂ ਮੈਂ ਤਾਂ ਵੈਸੇ ਅਮੀਰ ਉਸ ਬੰਦੇ ਨੂੰ ਕਹਿੰਦਾ ਜਿਹੜਾ ਪੈਸੇ ਦੀ ਗੱਲ ਹੀ ਨਾ ਕਰੇ ਹਮਮ ਐਸੇ ਦੀ ਗੱਲ ਹੀ ਨਾ ਕਰੇ ਤੁਸੀਂ ਦੇਖਿਆ ਹੋਣਾ ਦਾਦੇ ਦਾਦੀ ਦੇ ਪੈਸੇ ਜਿਹੜੇ ਨਾ ਉਹਨਾਂ ਦਾ ਸੁਭਾਅ ਹੋਰ ਹੁੰਦਾ ਹੈ ਹਮ ਬੱਚੇ ਜਿਹੜੇ ਹੈਗੇ ਆ ਉਹਨਾਂ ਤੋਂ ਜਿਹੜੇ ਪੈਸੇ ਮਿਲਦੇ ਆ ਨਾ ਉਹ ਵੱਖਰੀ ਕਿਸਮ ਦੇ ਹੁੰਦੇ ਆ ਉਹ ਮੌਜੂ ਵਾਲੇ ਪੈਸੇ ਹੁੰਦੇ ਆ ਸੋ ਤੁਹਾਡੇ ਵਿੱਚ ਉਹ ਸਮਰੱਥਾ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਾਂ ਦੀ ਛੋਟੀ ਮੋਟੀ ਮਦਦ ਜੜੀ ਹੈ ਨਾ ਉਹ ਕੁੱਲੇ ਮਨ ਨਾਲ ਕਰ ਸਕੋ ਹੂੰ ਸੋ ਪੈਸੇ ਦਾ ਸੁਭਾਅ ਜਾਣੋ ਪੈਸੇ ਦੇ ਸਰੋਤ ਪੈਦਾ ਕਰੋ ਵਿਆਜ ਦਾ ਪੈਸਾ ਆਉਣਾ ਚਾਹੀਦਾ ਹੈ ਆਮਦਨ ਦਾ ਪੈਸਾ ਆਉਣਾ ਚਾਹੀਦਾ ਵਾਧੂ ਕਿਤੇ ਕੰਮ ਦਾ ਪੈਸਾ ਆਉਣਾ ਚਾਹੀਦਾ ਜਾਇਦਾਦ ਹੈਗੀ ਹੈ ਉਸ ਦਾ ਕਿਰਾਇਆ ਆਉਣਾ ਚਾਹੀਦਾ ਉਸ ਦੇ ਨਾਲ ਅਮੀਰੀ ਆਏਗੀ ਹੂੰ ਇਹ ਕੱਲੇ ਸਰੋਤ ਦੇ ਨਾਲ ਅਮੀਰੀ ਨਹੀਂ ਆਉਂਦੀ ਤੁਸੀਂ ਸੁਣ ਹੀ ਲਿਆ ਸਰ ਨੇ ਕਿਹਾ ਕਿ ਕਦੇ ਵੀ 8 ਘੰਟੇ ਜਾਂ 9 ਘੰਟੇ ਕੰਮ ਕਰਨ ਵਾਲਾ ਬੰਦਾ ਅਮੀਰ ਨਹੀਂ ਹੋ ਸਕਦਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੈਸਾ ਬਚਾਉਣ ਨਾਲੋਂ ਵੀ ਪਹਿਲਾਂ ਜਾਚ ਆ ਜਿਹੜੀ ਤੁਹਾਨੂੰ ਪੈਸਾ ਕਮਾਉਣ ਦੀ ਹੋਣੀ ਚਾਹੀਦੀ ਆ ਬਾਕੀ ਤਾਂ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਉਦਾਹਰਨਾਂ ਨੇ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਇਹਨਾਂ ਦਿੱਤਾ ਜੀ ਹੱਥਾਂ 'ਚ ਹੀ ਨਹੀਂ ਪੈਸਾ ਟਿਕਦਾ ਮਤਲਬ ਸਾਨੂੰ ਜਾਚ ਹੁੰਦੀ ਨਹੀਂ ਪੈਸੇ ਨੂੰ ਬਚਾਉਣ ਦੀ ਤੇ ਅਸੀਂ ਦੋਸ਼ ਸਾਰਾ ਜਿਹੜਾ ਉਹ ਕਿਸਮਤਾਂ ਨੂੰ ਦੇਣ ਲੱਗ ਜਾਂਦੇ ਆ ਅੱਗੇ ਵੀ ਮੈਂ ਸ਼ਾਇਦ ਇਹ ਗੱਲ ਸਾਂਝੀ ਕੀਤੀ ਸੀ ਕਿ ਆਪਾਂ ਪੈਸੇ ਨਾਲ ਸਭ ਕੁਝ ਨਹੀਂ ਖਰੀਦ ਸਕਦੇ ਪਰ ਇਹ ਵੀ ਸੱਚ ਹੈ ਕਿ ਪੈਸੇ ਤੋਂ ਬਿਨਾ ਵੀ ਕੁਝ ਨਹੀਂ ਖਰੀਦਿਆ ਜਾ ਸਕਦਾ ਸੋ ਜੇ ਜ਼ਰੂਰਤਾਂ ਜਦੋਂ ਤੁਸੀਂ ਵਧਾ ਲੈਂਦੇ ਹੋ ਤੁਹਾਡੀ ਆਮਦਨ ਤੋਂ ਜ਼ਰੂਰਤਾਂ ਵੱਧ ਜਾਂਦੀਆਂ ਨੇ ਤੇ ਫਿਰ ਇਹਦਾ ਮਤਲਬ ਇਹ ਵੀ ਹੁੰਦਾ ਕਿ ਹੁਣ ਤੁਹਾਨੂੰ ਕਮਾਉਣਾ ਵੀ ਉਨਾ ਹੀ ਪੈਣਾ ਅੱਜ ਕੱਲ ਅਸੀਂ ਇੱਕ ਬਹੁਤ ਵੱਡੀ ਭੀੜ 'ਚ ਪੈ ਗਏ ਹਾਂ ਕਿ ਅਸੀਂ ਦਿਖਾਵੇ ਲਈ ਉਹਨੇ ਬੇਲੋੜੇ ਖਰਚੇ ਕਰ ਰਹੇ ਆ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ ਜਾਂ ਫਿਰ ਜਿਹੜੇ ਵੀ ਬੰਦੇ ਕੋਲ ਇੱਕ ਨੌਕਰੀ ਆ ਜਾਂਦੀ ਹੈ ਉਹਨੂੰ ਲੱਗਦਾ ਹੈ ਕਿ ਹੁਣ ਮੈਂ ਹੋਰ ਕੋਈ ਕੀਤਾ ਨਹੀਂ ਕਰਨਾ ਹੈਗਾ ਅਸੀਂ ਬਾਕੀ ਦਾ ਜਿਹੜਾ ਸਾਡਾ ਸਮਾਂ ਕਈ ਵਾਰੀ ਉਹ ਵਿਲਿਆਂ ਬੈਠ ਕੇ ਬਤਾ ਦਿੰਨੇ ਆ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਵੱਧ ਤੋਂ ਵੱਧ ਉਦੋਂ ਹੀ ਪੈਦਾ ਹੋਣਗੇ ਜਦੋਂ ਅਸੀਂ ਵੱਧ ਤੋਂ ਵੱਧ ਜਿਹੜਾ ਕੰਮ ਕਰਾਂਗੇ ਤੇ ਬਾਕੀ ਇਹ ਮੈਂ ਨਹੀਂ ਕਹਿੰਦੀ ਕਿ ਤੁਸੀਂ ਸਾਰੇ ਕੰਜੂਸ ਹੋ ਜਾਓ ਪਰ ਇਹ ਜ਼ਰੂਰੀ ਵੀ ਚੀਜ਼ ਹੈ ਕਿ ਜ਼ਿੰਦਗੀ ਨੂੰ ਜੇ ਤੁਸੀਂ ਖੂਬਸੂਰਤੀ ਨਾਲ ਮੰਨਣਾ ਚਾਹੁੰਦੇ ਹੋ ਲੋੜਾਂ ਦੇ ਉੱਤੇ ਤੁਸੀਂ ਖੁੱਲੇ ਹੱਥ ਨਾਲ ਖਰਚਣਾ ਚਾਹੁੰਦੇ ਹੋ ਫਿਰ ਤੁਹਾਨੂੰ ਕਮਾਉਣਾ ਵੀ ਪੈਣਾ ਤੇ ਬਚਾਉਣਾ ਵੀ ਪੈਣਾ ਇੱਕ ਗੱਲ ਸ਼ਾਇਦ ਅਸੀਂ ਭੁੱਲ ਗਏ ਸਰਨੇ ਪਿਛਲੀ ਇੱਕ ਮੁਲਾਕਾਤ ਚ ਕਿਹਾ ਸੀ ਕਿ ਜਿਹੜਾ ਅਚਨਚੇਤ ਪੈਸਾ ਅਚਾਨਕ ਤੁਹਾਡੇ ਕੋਲ ਆ ਜਾਂਦਾ ਉਹਨੂੰ ਤੁਸੀਂ ਜ਼ਰੂਰ ਬਚਾਓ ਮੰਨ ਲਓ ਤੁਹਾਨੂੰ ਕਿਸੇ ਨੇ ਤੁਸੀਂ ਕਿਸੇ ਦੇ ਘਰੇ ਗਏ ਹੋ ਤੁਹਾਨੂੰ ਕਿਸੇ ਨੇ ਸ਼ਗਨ ਦਿੱਤਾ ਤੁਹਾਡੇ ਬੱਚਿਆਂ ਨੂੰ ਸ਼ਗਨ ਦਿੱਤਾ ਉਹ ਬਚਾਉਣ ਦੀ ਤੁਹਾਨੂੰ ਆਦਤ ਆ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ ਤੇ ਬਾਧੂ ਕੰਮ ਕਰਨ ਦੀ ਆਦਤ ਆ ਜਿਹੜੀ ਉਹਨੂੰ ਵੀ ਅਪਣਾਓ ਤਾਂ ਹੀ ਅੱਜ ਦੇ ਦੌਰ ਚ ਜਿੱਥੇ ਹਰ ਚੀਜ਼ ਇੰਨੀ ਜ਼ਿਆਦਾ ਮਹਿੰਗੀ ਆ ਅਸੀਂ ਤਾਂ ਹੀ ਅਫੋਰਡ ਕਰ ਸਕਾਂਗੇ ਤੇ ਤਾਂ ਹੀ ਅਸੀਂ ਆਪਣੇ ਤੇ ਆਪਣੇ ਬੱਚਿਆਂ ਤੇ ਤੇ ਆਪਣੇ ਬਜ਼ੁਰਗਾਂ ਤੇ ਪੈਸਾ ਖਰਚ ਸਕਦੇ ਹਾਂ ਅਗਲੀ ਵਾਰ ਆਪਾਂ ਫਿਰ ਤੋਂ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ